ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਤ ਸਰਬ ਕਲਾ ਸਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਟੋਈ ਲਿਸ ਆਨੰਦ ਗੁਣੀ ਨਿਦਾਨ 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 ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਕੰਚਨ ਸਿਓ ਨਹੀਂ ਤੋਲ ਕੰਚਨ ਸਿਓ ਪਾਈਏ ਨਹੀਂ ਤੋਲ ਕੰਚਨ ਸਿਓ ਪਾਈਏ ਨਹੀਂ ਤੋਲ ਕੰਚਨ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਆਪਣਾ ਕਰ ਜਾਣਿਆ
अंत ना ਜੁਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੁਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੁਹਰ ਕਾ ਪਿਆਰਾ
ਸਤਿਗੁਰ ਨੋ ਮਿਲ ਆਪ ਗਵਾਇਆ, ਸਤਿਗੁਰ ਨੋ ਮਿਲ ਆਪ ਗਵਾਇਆ, ਹੋ ਸਦਕੇ ਤਿਨਾ ਗੁਰ ਸਿਖਾ, ਹੋ ਸਦਕੇ ਗੁਰ ਸਿੱਖਾ, ਸਤਿਗੁਰ ਨੂੰ ਮਿਲ ਆਪ ਗਵਾਇਆ, ਸਤਿਗੁਰ ਨੂੰ ਮਿਲ ਆਪ ਗਵਾਇਆ, ਸਤਿਗੁਰ ਨੂੰ ਮਿਲ ਆਪ ਗਵਾਇਆ, ਤਿਨਾ ਗੁਰ ਸਿੱਖਾ, ਸਤਿਗੁਰ ਮਿਲ ਆਪ ਗਵਾਇਆ, ਸਤਿਗੁਰ ਨੂੰ ਮਿਲ ਆਪ ਗਵਾਇਆ, ਸਤਿਗੁਰ
ਤਿਨਾ ਗੁਰ ਸਿੱਖਾ ਸਦਕੇ ਇਨਾ ਗੁਰ ਸਿੱਖਾਂ।
Sure.
ਤਾਣਨ ਮੋਤਿਆ ਸੰਤਾਨਣ ਵੈਰ ਕਮਾਵਦੇ ਦੁਸ਼ਤਾਨਣ ਮੋਤਿਆ ਹਾਂ
ਕਰੋ ਕਿਰਪਾ ਗੁਰਮੁਖ ਰੋਮ ਰੋਮ ਹਰ ਧਿਆਵੇ ਰੋਮ ਰੋਮ ਹਰ ਧਿਆਵੇ ਰੋਮ ਰੋਮ ਹਰ ਧਿਆਵੇ ਰੋਮ ਰੋਮ ਹਰ ਧਿਆਵੇ ਰੋਮ ਰੋਮ ਹਰ ਰੋਮ ਰੋਮ ਹਰ
ਅਲਖਿਆ ਪਾਰ ਅਲਖਿਆ ਪਾਰ ਕੀਤੀ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਵਚਨ ਨੇ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ। ਜੇ ਗੁਰੂ ਕਿਰਪਾ ਕਰੇ, ਗੁਰੂ ਰਹਿਮਤ ਕਰੇ, ਗੁਰੂ ਬਖਸ਼ਿਸ਼ ਕਰੇ ਤਾਂ ਹੀ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਗੁਰੂ ਦੀ ਪਾਵਨ ਬਾਣੀ ਪੜ੍ਹਨ ਦਾ ਅਤੇ ਗੁਰੂ ਦੀ ਪਾਵਨ ਬਾਣੀ ਸਰਵਣ ਕਰਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ, ਜੋ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ ਅਤੇ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ 'ਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੈ, ਹਰ ਸਾਲ ਆਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਨੇ, ਵੱਧ ਤੋਂ ਵੱਧ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋੜਨ ਦਾ ਉਪਰਾਲਾ ਕਰ ਰਹੇ ਨੇ।
ਇਹ ਜੋ ਸ਼ਹੀਦੀ ਸਮਾਗਮ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੇ ਖੇਤ ਹਰ ਸਾਲ ਇਸ ਅਸਥਾਨ 'ਤੇ ਜੁੜਦੇ ਹਾਂ ਅਤੇ ਗੁਰੂ ਕੀ ਸੰਗਤ ਸਤਿਗੁਰਾਂ ਜਦੋਂ ਕੀਰਤਨ ਦੀ ਆਰੰਭਤਾ ਕੀਤੀ ਸੀ ਨਾ ਅਤੇ ਆਪ ਜੀ ਨੇ ਸ਼ਬਦ ਸਰਵਣ ਕੀਤਾ ਸੀ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਚੱਕ ਚੱਕ ਆਵੇ ਜਾਵੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰੀਏ ਸੱਚੇ ਪਾਤਸ਼ਾਹ ਸਾਡੀ ਭਾਵਨਾ ਇਹ ਬਣ ਜਾਵੇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾ ਹੀ ਹੋਰ। ਜਦੋਂ ਇਹ ਭਾਵਨਾ ਦੇ ਨਾਲ ਅਰਦਾਸ ਕਰਾਂਗੇ ਸਤਿਗੁਰੂ ਜੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕਰਨਗੇ। ਆਓ ਇੱਕ ਬੀਰ ਰਸ ਜੀ ਦਾ ਸ਼ਬਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਤੇ ਅੰਤਲੀਆਂ ਪੰਕਤੀਆਂ ਦੇ ਵਿੱਚ ਆਪ ਸਮੂਹ ਸੰਗਤਾਂ ਨੇ ਬੁਲੰਦ ਆਵਾਜ਼ ਦੇ ਵਿੱਚ ਜੈਕਾਰਿਆਂ ਦੀ ਪ੍ਰਵਾਨਗੀ ਦੇਣੀ, ਉਸ ਤੋਂ ਉਪਰੰਤ ਸਮਾਪਤੀ ਹੈ। ਆਓ ਸਾਰੀ ਸੰਗਤ ਕਰੋ ਕਿਰਪਾ, ਜੈ ਜੈ ਜਗ ਕਾਰਨ ਸਿਸ਼ਟ ਉਬਾਰਨ ਮਾਂ ਪ੍ਰਿਤ ਪਾਰਨ ਜੈ ਤੇਗਮ। ਆਓ ਸਾਰੀ ਸੰਗਤ ਕਰੋ ਕਿਰਪਾ। ਜੈ ਜੈ ਜਗ ਕਾਰਨ ਸ੍ਰੇਸ਼ਟ ਉਬਾਰਨ ਮਮ ਪ੍ਰਿਤ ਪਾਰਨ ਜੈ ਤੇਗੰ ਜੈ ਜੈ ਜਗ ਕਾਰਨ ਸ੍ਰੇਸ਼ਟ ਉਬਾਰਨ ਮਮ ਪ੍ਰਿਤ ਪਾਰਨ ਜੈ ਤੇਗੰ 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 ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਿਤ ਜੈ ਜੈ ਜਗ ਕਾਰਨ ਸ੍ਰਿਸ਼ਟ ਉਪਾ
ਪਹਿਲਾਂ ਮਰਨ ਕਬੂ ਜੀਵਨ ਕੀ ਛੱਡਿਆ
ਸਤਿਗੁਰੂ ਜੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕਰਨ, ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਨੂੰ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਸੰਤ ਬਾਬਾ ਹਰਨਾਮ ਸਿੰਘ ਉਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਇਹਨਾਂ ਦੇ ਕੋਲੋਂ ਸੇਵਾ ਲੈਂਦੇ ਰਹਿਣ। ਸੋ ਕੀਰਤਨ ਕਰਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਪਿਆਰੀ ਗੁਰਸਵਾਰੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਵਣ ਕਰ ਰਹੇ ਸੀਗੇ ਭਾਈ ਕਰਨੈਲ ਸਿੰਘ ਜੀ ਹਜ਼ੂਰੀ ਰਾਗੀ ਜਥਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਪਾਸੋਂ ਮਨੋਹਰ ਕੀਰਤਨ, ਜਿਨ੍ਹਾਂ ਨੇ ਭਾਰੀ ਰਸ ਆਨੰਦ ਨਾਲ ਮੁਗਧ ਮੰਤਰ ਹੋ ਕੇ ਗਵਾਚ ਕੇ ਸੰਗਤਾਂ ਨੂੰ ਨਿਹਾਲ ਕੀਤਾ, ਆਪਣੇ ਪੱਧਰ ਨੂੰ ਹੋਰ ਸਾਡੀਆਂ ਨਜ਼ਰਾਂ 'ਚ ਉਚਾਇਆ। ਗੁਰੂ ਕਿਰਪਾ ਕਰਨ, ਚੜ੍ਹਦੀਆਂ ਕਲਾਂ ਬਖਸ਼ਣ, ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਸ਼ਬਦ ਕੀਰਤਨ ਤੋਂ ਬਾਅਦ ਹੁਣ ਵੇਲਾ ਹੈ ਗੁਰ ਕਾ ਇਤਿਹਾਸ, ਗੁਰ ਕੀ ਕਥਾ ਸਰਵਣ ਕਰਨ ਦੀ। ਆਵੋ ਆਵੋ, ਅੱਜ ਤੀਸਰਾ ਦਿਨ ਹੈ ਸ਼ਹੀਦੀ ਦੇ ਸਪਤਾਹਿਕ ਦਾ, ਜੂਨ 84, ਤੀਸਰਾ ਘੱਲੂਘਾਰਾ। ਕੱਲ੍ਹ ਵੀ ਮਹਾਂਪੁਰਖਾਂ ਨੇ ਇਤਿਹਾਸ ਸੁਣਦਿਆਂ ਦ੍ਰਿਸ਼ ਉੱਥੋਂ ਦਾ ਆਪਣੀ ਦ੍ਰਿਵ ਦ੍ਰਿਸ਼ਟੀ ਨਾਲ ਦਿਖਾਇਆ ਸੀ ਆਪ ਜੀ ਨੂੰ। ਆਪ ਜੀ ਨੇ ਦੇਖਿਆ, ਵਾਹਿਗੁਰੂ ਕਰਾ ਕਿਰਪਾ ਕਰੇ, ਤਬਦੀਲੇ ਦਿਨ ਬੀਤ ਰਹੇ ਆ, ਇਸ ਲਈ ਫਿਰ ਅਸੀਂ ਕੱਲ੍ਹ ਦੇ ਉਸ ਉਤਾਰ 'ਚ ਆ ਜਾਈਏ। ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰੀਏ, ਜਿਨ੍ਹਾਂ ਨੇ ਬੜਾ ਕਸ਼ਟ ਕਰਕੇ ਅਪ੍ਰੈਲ ਮਈ ਦਾ ਮਹੀਨਾ ਅਤੇ ਹੁਣ ਲਗਾਤਾਰ ਰੋਜ਼ਾਨਾ ਸੰਗਤ ਬਾਹਰੋਂ ਬੜੇ ਉਤਸ਼ਾਹ ਨਾਲ ਆ ਰਹੀ ਹੈ, ਪ੍ਰੇਮ ਨਾਲ ਬੈਠੋ, ਨਮਸਕਾਰ ਕਰਨ ਤੋਂ ਬਾਅਦ ਬੱਸਾਂ ਭਰ ਕੇ ਆ ਰਹੀਆਂ ਨੇ। ਮੈਂ ਫਿਰ ਉਸੇ ਪੁਆਇੰਟ 'ਤੇ ਆਵਾਂਗੀ, 6 ਤਰੀਕ ਬਿਲਕੁਲ ਨਜ਼ਦੀਕ ਆ ਗਈ। ਅਤੇ ਮਹਾਂਪੁਰਖਾਂ ਨੇ ਜੋ ਐਫਰਟਸ ਕੀਤੇ, ਜੋ ਯਤਨ ਕੀਤਾ, ਜੋ ਗੁਰਬਾਣੀ ਦਾ ਲੜ ਲਾਇਆ, ਲੋੜ ਹੈ ਇਸ 'ਤੇ ਪਹਿਰਾ ਦੇਣ ਦੀ, ਡਟ ਕੇ ਸੇਵਾ ਕਰਨ ਦੀ। ਮਹਾਂਪੁਰਖਾਂ ਦਾ ਧੰਨਵਾਦ, ਉਹ ਇੱਥੇ ਪੁੱਜੇ ਨੇ ਸੰਗਤ ਵਿੱਚ, ਸਮੁੱਚੀ ਸੰਗਤ ਦਾ ਵੀ ਧੰਨਵਾਦ, ਮਹਾਂਪੁਰਖਾਂ ਦਾ ਵੀ ਸੰਗਤ ਵਿੱਚ ਸ਼ੋਭਿਤ ਹੋ ਕੇ ਗੁਰ ਇਤਿਹਾਸ ਸੁਣਾਉਣ ਦੇ ਜਿਸ ਮੁਦਰਾ ਵਿੱਚ, ਜਿਸ ਮੁੱਖ ਮੰਤਰ ਨਾਲ ਉਹ ਬੈਠੇ ਨੇ, ਉਹਨਾਂ ਦਾ ਵੀ ਵੈਲਕਮ ਅਭਿਨੰਦਨ ਜੀ ਆਇਆਂ। ਆਵੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਏ, ਮਹਾਂਪੁਰਖੋ ਇਸੇ ਤਰ੍ਹਾਂ ਸਾਡੀ ਅਗਵਾਈ ਕਰਦੇ ਰਹੋ। ਵੱਡੇ ਮਹਾਂਪੁਰਖਾਂ ਨੇ ਜਿਸ ਤਰੀਕੇ ਨਾਲ ਇਹ ਸ਼ਹੀਦੀ ਜਾਮ ਪੀਤਾ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨਾਲ, ਉਹ ਭਾਵਨਾ, ਉਹ ਅਸੈਂਸ ਸਾਡੇ ਮਨ 'ਚ ਉਤਰੇ ਅਤੇ ਗੁਰਬਾਣੀ ਨਾਲ ਜੁੜੀਏ, ਅਤੇ ਤੁਹਾਡੇ ਯਤਨ ਵਾਹਿਗੁਰੂ ਸਫਲ ਕਰੇ। ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ, ਸੰਗਤ ਨੂੰ ਗੁਰ ਤਿਆਗ ਸਰਵਣ ਕਰਾ ਕੇ ਕਰਤਾਰਥ ਕਰੋ, ਇਹ ਸਾਡੀ ਬੇਨਤੀ ਮਨਜ਼ੂਰ ਕਰੋ। ਵਾਹਿਗੁਰੂ ਆਪ ਜੀ ਦੇ ਉੱਪਰ ਹੋਰ ਸਿੱਧੇ ਹੱਥ ਰੱਖ ਕੇ ਕਥਾ ਕਰਵਾ ਲੈਣ। ਆਗਿਆ ਬਖਸ਼ੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੋ
ਮੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਉ ਗੁਰ ਹਿਰਦੈ ਧਿਆਵਉ ਸ੍ਰੀ ਗੁਰੂ ਰਾਮਦਾਸ ਗੁਣ ਗਾਵਉ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸੋਭ ਸੁਮਤ ਪ੍ਰਕਾਸਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋਂ ਤਹਰਾ ਪਰ ਪੂਨ ਪੂਨ ਸੀਸ ਪੂਨ ਪੂਨ ਸੀਸ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦਾ ਵਿਠੜ ਸਵਾਮੀ ਦਾਸ ਬਸਹਿ ਥਨੇਸਰ ਕਰੈ ਆਵਾਸ ਨੰਦਾ ਵਿਠੜ ਸਵਾਮੀ ਦਾਸ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ
ਜੁਗੋ ਜੁਗ ਅਟਲ ਸਤਿਗੁਰੂ, ਗਰੀਬ ਨਿਵਾਜ ਸਤਿਗੁਰੂ, ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਦਮਦਮੇ ਟਕਸਾਲ ਦੇ ਮੁੱਖ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਇਸ ਘੱਲੂਘਾਰੇ ਦਾ ਤੀਸਰਾ ਦਿਹਾੜਾ ਹੈ। 3 ਜੂਨ ਦਾ ਦਿਨ ਹੈ ਔਰ ਅੱਜ ਆਪਾਂ ਇਸ ਸ਼ਹੀਦੀ ਘੱਲੂਘਾਰੇ ਦੇ ਹਫ਼ਤੇ ਦੌਰਾਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ, ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ, ਸ਼ਹੀਦੀ ਦੀਵਾਨ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਜਿੱਥੇ ਜਥੇ ਦੇ ਸਿੰਘਾਂ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਰਣੀ ਕੇ ਉਹਨਾਂ ਦੇ ਜਥੇ ਤੋਂ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਸੰਗਤ ਜੀ, 3 ਜੂਨ ਵਾਲੇ ਦਿਨ ਸਵੇਰ ਤੋਂ ਲੈ ਕੇ ਸਾਰੀ ਰਾਤ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲੇ ਹੋ ਰਹੇ ਸਨ। ਗੋਲੀਆਂ ਦੀ ਵਿਛਾੜ ਚਾਰੇ ਪਾਸਿਆਂ ਤੋਂ ਸਿੰਘਾਂ ਉੱਤੇ ਕੀਤੀ ਜਾ ਰਹੀ ਸੀ ਔਰ ਇਸ ਘੱਲੂਘਾਰੇ ਦੇ ਵਿੱਚ ਜਿੱਥੇ ਅਣਗਿਣਤ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉੱਥੇ ਇਸ ਘੱਲੂਘਾਰੇ ਵਿੱਚ ਜ਼ਾਲਮਾਂ ਨੂੰ ਲੋਹੇ ਦੇ ਚਣੇ ਚਬਾਉਣ ਵਿੱਚ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਜਰਨਲ ਸੁਬੇਗ ਸਿੰਘ ਜੀ ਨੇ ਜੋ ਮੋਰਚੇਬੰਦੀ ਕੀਤੀ ਹੋਈ ਸੀ ਉਸ ਦੀ ਦੁਸ਼ਮਣਾਂ ਨੂੰ ਸੁਪਨਾ ਮਾਤਰ ਵੀ ਕੋਈ ਖਬਰ ਤੱਕ ਨਹੀਂ ਸੀ, ਜਿਸ ਕਰਕੇ ਜ਼ਾਲਮ ਫੌਜਾਂ ਬੜੀਆਂ ਭੈਭੀਤ ਸਨ ਕਿ ਜੇਕਰ ਇਹ ਹਮਲਾ ਬਹੁਤ ਲੰਮਾ ਚੱਲਿਆ ਗਿਆ ਤਾਂ ਹੋ ਸਕਦਾ ਹੈ ਕਿ ਸਾਨੂੰ ਇੱਥੋਂ ਖਾਲੀ ਹੱਥ ਹਾਰ ਦਾ ਮੂੰਹ ਵੇਖ ਕੇ ਵਾਪਸ ਜਾਣਾ ਪਵੇ। ਇਸ ਗੱਲ ਤੋਂ ਚਿੰਤਾ ਤੁਰ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇਲਾਵਾ ਪੰਜਾਬ ਦੇ ਕੋਨੇ ਕੋਨੇ ਵਿੱਚ ਕਰਫਿਊ ਲਗਾ ਦਿੱਤਾ ਔਰ ਹੁਕਮ ਕਰ ਦਿੱਤਾ ਕਿ ਕੋਈ ਵੀ ਵਿਅਕਤੀ ਜੋ ਘਰਾਂ ਤੋਂ ਬਾਹਰ ਆਏਗਾ, ਸੜਕਾਂ ਉੱਤੇ ਆਏਗਾ, ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਥਾਈ ਮਾਰ ਦਿੱਤਾ ਜਾਏਗਾ। ਉਹ ਕਾਲੇ ਦਿਨ, ਕਾਲੀਆਂ ਰਾਤਾਂ ਤੁਸੀਂ ਆਪਣੇ ਅੱਖਾਂ ਨਾਲ ਵੇਖੀਆਂ ਹਨ, ਜਦੋਂ ਸਾਰੇ ਪੰਜਾਬ ਦੇ ਕੋਨੇ ਕੋਨੇ ਵਿੱਚ ਸਨਾਟਾ ਛਾਇਆ ਹੋਇਆ ਸੀ
ਕਿਤਨਾ ਡਰ ਦਾ ਭੈ ਦਾ ਔਰ ਜ਼ੁਲਮ ਭਰਿਆ ਮਾਹੌਲ ਬਣਾ ਕੇ ਰੱਖਿਆ ਹੋਇਆ ਸੀ। ਔਰ 37 ਹੋਰ ਗੁਰਧਾਮਾਂ ਦੇ ਉੱਤੇ ਵੀ ਬੜੀ ਬੇਰਹਿਮੀ ਦੇ ਨਾਲ ਹਮਲਾ ਕਰ ਦਿੱਤਾ ਗਿਆ। ਸੋ ਸਾਧ ਸੰਗਤ ਜੀ, ਐਸੇ ਮਹਾਨ ਸ਼ਹੀਦ ਜਿਨ੍ਹਾਂ ਨੇ 21ਵੀਂ ਸਦੀ ਦੇ ਅੰਦਰ ਚਮਕੌਰ ਸਾਹਿਬ ਜੀ ਦੇ ਸਾਕੇ ਦਾ ਇਤਿਹਾਸ ਇਸ ਧਰਤੀ ਉੱਤੇ ਦੁਹਰਾਇਆ, ਆਪਾਂ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ। ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਗੁਰ ਇਤਿਹਾਸ ਦੀ ਕਥਾ ਆਪ ਸੰਗਤਾਂ ਸਰਵਣ ਕਰੋ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਭਾਈ ਨੰਦਾ ਅਤੇ ਸਵਾਮੀ ਦਾਸ ਦੋ ਸਿੱਖ ਆਏ ਹੈ ਔਰ ਇਹ ਬਚਨ ਦੇ ਬਲੀ ਹਨ। ਜੋ ਮੁੱਖੋਂ ਇੱਕ ਵਾਰੀ ਬਚਨ ਕਰ ਦਿੱਤਾ ਉਸ ਨੂੰ ਹਮੇਸ਼ਾ ਇਹਨਾਂ ਨੇ ਪੂਰਾ ਕੀਤਾ ਔਰ ਬਚਨ ਦੇ ਬਲੀ ਹੋਣ ਕਰਕੇ ਹੀ ਸਤਿਗੁਰੂ ਮਹਾਰਾਜ ਜੀ ਇਹਨਾਂ ਉੱਤੇ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕਰਕੇ ਨਿਵਾਜ ਰਹੇ ਹਨ। ਬਹੁਤ ਹੀ ਸੰਖੇਪ ਪ੍ਰਸੰਗ ਆ ਰਹੇ ਹੈ ਔਰ ਬਹੁਤ ਹੀ ਸਿਧਾਂਤ ਪੂਰਵਕ ਇਹਨਾਂ ਪ੍ਰਸੰਗਾਂ ਵਿੱਚੋਂ ਸਾਨੂੰ ਗੁਰਮਤਿ ਦਾ ਉਪਦੇਸ਼ ਸਰਵਣ ਕਰਨ ਵਾਸਤੇ ਇਹ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨੰਦਾ ਵਿਠੜ ਸਵਾਮੀ ਦਾਸ, ਭਾਈ ਨੰਦਾ ਸਿੱਖ ਦਾ ਨਾਮ ਹੈ, ਵਿਠੜ ਜਾਤੀ ਹੈ ਖੱਤਰੀਆਂ ਦੀ ਤੇ ਸਵਾਮੀ ਦਾਸ ਦੂਸਰਾ ਨਾਲ ਦਾ ਇਹਨਾਂ ਦਾ ਸਾਥੀ ਸਿੱਖ ਹੈ। ਵਸੈ ਥਨੇਸਰ ਕਰੈ ਆਵਾਸ, ਕੁਰਸ਼ੇਤਰ ਦੀ ਧਰਤੀ ਅੰਬਾਲੇ ਤੋਂ ਅੱਗੇ ਉੱਥੋਂ ਦੇ ਰਹਿਣ ਵਾਲੇ ਹਨ। ਕੁਰਸ਼ੇਤਰ ਨੂੰ ਸਾਧ ਸੰਗਤ ਜੀ ਪਹਿਲਾਂ ਥਨੇਸਰ ਕਿਹਾ ਜਾਂਦਾ ਸੀ। ਭਗਵਾਨ ਵਿਸ਼ਨੂੰ ਨੇ ਇਸ ਧਰਤੀ ਦੇ ਉੱਤੇ ਚੌਂਕੜਾ ਲਾਇਆ, ਇਸੇ ਕਰਕੇ ਇਸ ਧਰਤੀ ਦਾ ਨਾਮ ਥਨੇਸਰ ਪਿਆ। ਬਾਅਦ ਦੇ ਵਿੱਚ ਕੌਰਵ ਔਰ ਪਾਂਡਵਾਂ ਦਾ ਯੁੱਧ ਹੋਣ ਕਰਕੇ ਇਸ ਧਰਤੀ ਦੇ ਉੱਤੇ ਦੁਆਪਰ ਯੁੱਗ ਵਿੱਚ ਇਸ ਜਗ੍ਹਾ ਦਾ ਨਾਮ ਕੁਰਸ਼ੇਤਰ ਪੈ ਗਿਆ। ਕੁਰਸ਼ੇਤਰ ਦੇ ਰਹਿਣ ਵਾਲੇ ਉੱਥੇ ਹੀ ਇਹਨਾਂ ਦੇ ਘਰ ਹਨ। ਕਰੈ ਧਰਮ ਕੇ ਜੁਤ ਵਿਵਹਾਰਾ, ਜੋ ਵੀ ਆਪਣਾ ਵਿਵਹਾਰ ਕਿਰਤ ਕਰਦੇ ਹੈ ਉਹ ਧਰਮ ਦੇ ਅਸੂਲਾਂ ਅਨੁਸਾਰ ਆਪਣੀ ਕਿਰਤ ਕਮਾਈ ਹਮੇਸ਼ਾ ਇਹ ਗੁਰੂ ਕੇ ਸਿੱਖ ਕਰਦੇ ਹਨ। ਕਹੈ ਜੋ ਮੁੱਲ ਸੋ ਏਕੋ ਬਾਰਾ, ਆਮ ਦੁਕਾਨਦਾਰਾਂ ਵਾਂਗੂ ਕਿ ਗਾਹਕ ਨੂੰ ਪਹਿਲਾਂ ਝੂਠ ਬੋਲ ਕੇ ਵਸਤੂ ਦੀ ਕੀਮਤ ਜ਼ਿਆਦਾ ਦੱਸ ਦੇਣੀ, ਜੇ ਗਾਹਕ ਨਾ ਮੰਨੇ ਫਿਰ ਘਟਦਿਆਂ ਘਟੀ ਜਾਣਾ। ਇਸ ਤਰ੍ਹਾਂ ਝੂਠ ਦਾ ਵਪਾਰ ਬਹੁਤੇ ਲੋਕ ਕਰਦੇ ਹਨ, ਪਰ ਇਹ ਗੁਰੂ ਕੇ ਸਿੱਖ ਜੋ ਵੀ ਇਹਨਾਂ ਦੀ ਦੁਕਾਨ ਤੋਂ ਸੌਦਾ ਖਰੀਦਣ ਆਉਂਦਾ ਹੈ ਉਸ ਸੌਦੇ ਦਾ ਜੋ ਸਹੀ ਸਹੀ ਮੁੱਲ ਬਣਦਾ ਹੈ, ਸਹੀ ਕੀਮਤ ਬਣਦੀ ਹੈ, ਉਹ ਇੱਕੋ ਵਾਰੀ ਆਏ ਗਾਹਕ ਨੂੰ ਦੱਸ ਕੇ ਬੋਲ ਕੇ ਕਹਿ ਦਿੰਦੇ ਹੈ ਕਿ ਭਾਈ ਇਹ ਇਸ ਸੌਦੇ ਦੀ ਇੰਨੀ ਕੀਮਤ ਹੈ।
ਤੈਨੂੰ ਪ੍ਰਵਾਨ ਤਾਂ ਲੈ ਲੈ, ਜੇ ਨਹੀਂ ਤਾਂ ਅਸੀਂ ਇਸ ਵਿੱਚ ਘਟਾ ਵਧਾ ਕਿਸੇ ਵੀ ਤਰ੍ਹਾਂ ਦਾ ਕੋਈ ਨਹੀਂ ਕਰ ਸਕਦੇ। ਜੋ ਮੁੱਲ ਇੱਕ ਵਾਰੀ ਕਹਿ ਦਿੱਤਾ ਉਹ ਸਹੀ ਕੀਮਤ ਆਏ ਗਾਹਕ ਨੂੰ ਦੱਸਦੇ ਹਨ। ਇੱਕ ਸੁਖਨੀ ਤਿੰਨ ਕੋ ਭਾ ਨਾਮ, ਇਹਨਾਂ ਦਾ ਨਾਮ ਇੱਕ ਸੁਖਨੀ ਉਸ ਸਮੇਂ ਸਾਰੇ ਇਲਾਕੇ ਵਿੱਚ ਗੁਰਸਿੱਖਾਂ ਵਿੱਚ ਪ੍ਰਸਿੱਧ ਹੋਇਆ। ਸੁਖਨ ਦਾ ਅਰਥ ਹੁੰਦਾ ਬੋਲ, ਭਾਵ ਇੱਕ ਬੋਲ ਵਾਲਾ, ਇੱਕ ਬਚਨ ਵਾਲਾ। ਜੋ ਬਚਨ ਇੱਕ ਵਾਰੀ ਕਹਿ ਦਿੱਤਾ ਉਸੇ 'ਤੇ ਹੀ ਹਮੇਸ਼ਾ ਪਹਿਰਾ ਦੇਣਾ, ਬਚਨਾਂ ਨੂੰ ਬਦਲਣਾ ਨਹੀਂ। ਲੋਕਾਂ ਦਾ ਸੁਭਾਅ ਪੈਰ ਪੈਰ 'ਤੇ ਬਦਲ ਜਾਂਦੇ ਹੈ, ਕਦਮ ਕਦਮ 'ਤੇ ਆਪਣੀ ਬੋਲੀ ਨੂੰ ਬਦਲ ਦਿੰਦੇ ਹਨ, ਪਰ ਇਹ ਸਿੱਖ ਇੱਕੋ ਹੀ ਬਚਨ ਦੇ ਬਲੀ ਹੋਣ ਕਰਕੇ ਇਹਨਾਂ ਦਾ ਨਾਮ ਇੱਕ ਸੁਖਨੀ ਕਰਕੇ ਪ੍ਰਸਿੱਧ ਹੋ ਗਿਆ। ਚੱਲ ਆਏ ਸਤਿਗੁਰ ਕੀ ਸ਼ਾਮ, ਇਹ ਦੋਨੋਂ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਕੁਰਸ਼ੇਤਰ ਤੋਂ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਏ ਆ। ਘਰ ਬੰਧਨ ਬੈਠੇ ਹੋਏ ਪਾਸ, ਸਤਿਗੁਰਾਂ ਨੂੰ ਨਮਸਕਾਰ ਕਰਕੇ ਚਰਨਾਂ ਵਿੱਚ ਬੈਠ ਗਏ ਹਨ। ਇੱਕ ਸੁਖਨੀ ਭਾ ਜਿਕਰ ਪ੍ਰਕਾਸ਼, ਕਿਸੇ ਸਿੱਖ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਇਹਨਾਂ ਸਿੱਖਾਂ ਦਾ ਜਿਹੜਾ ਵਿਸ਼ੇਸ਼ ਗੁਣ ਸੀ ਨਾ ਕਿ ਇੱਕ ਬੋਲ ਦੇ ਇਹ ਧਨੀ ਹੈ, ਉਹ ਵਿਸ਼ੇਸ਼ ਕਰਕੇ ਸਤਿਗੁਰਾਂ ਦੇ ਕੋਲੇ ਜ਼ਿਕਰ ਕੀਤਾ ਕਿ ਮਹਾਰਾਜ ਇਹ ਜਿਹੜੇ ਸਿੱਖ ਆਏ ਆ ਨਾ, ਇਹ ਇੱਕ ਸੁਖਨੀ ਇੱਕ ਬੋਲ ਦੇ ਉੱਤੇ ਰਹਿਣ ਵਾਲੇ ਹੈ, ਆਪਣਾ ਬਚਨ ਇੱਕ ਜੋ ਕਹਿ ਦਿੰਦੇ ਹੈ ਉਸ ਉੱਤੇ ਪੂਰੇ ਅਤੇ ਖਰੇ ਉੱਤਰਦੇ ਹਨ। ਇਸ ਕਰਕੇ ਇਹਨਾਂ ਨੂੰ ਸੰਗਤਾਂ ਇੱਕ ਸੁਖਨੀ ਕਹਿ ਕੇ ਬੁਲਾਉਂਦੀਆਂ ਹਨ। ਇਹ ਜੇਕਰ ਸਤਿਗੁਰੂ ਜੀ ਦੇ ਪਾਸ ਕਿਸੇ ਸਿੱਖ ਨੇ ਆਪ ਸਤਿਗੁਰਾਂ ਨੂੰ ਦੱਸਣਾ ਕੀਤਾ ਇਹਨਾਂ ਦੇ ਬੈਠੇ ਹੋਇਆ। ਸ੍ਰੀ ਅਰਜਨ ਗੁਰਦੇਵ ਬਖਾਨਾ, ਗੁਰਦੇਵ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਜ਼ਿਕਰ ਸੁਣ ਕੇ ਅੱਗੋਂ ਬਚਨ ਕੀਤਾ ਹੈ। ਇਸ ਤੇ ਹੀ ਹੋਏ ਤੁਮ ਕਲਿਆਣਾ, ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਤੁਸੀਂ ਇੱਕ ਬਚਨ ਦੇ ਬਲੀ ਹੋ, ਜੋ ਇੱਕ ਬਚਨ ਕਰ ਦਿੰਦੇ ਹੋ, ਕਾਰੋਬਾਰ ਵਿੱਚ ਵੀ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਦੇ, ਧਰਮ ਦੀ ਕਿਰਤ ਕਰਦੇ ਹੋ, ਆਪਣੇ ਬੋਲ ਤੇ ਬਚਨ ਤੇ ਪੂਰਾ ਦ੍ਰਿੜਤਾ ਪੂਰਵਕ ਪਹਿਰਾ ਦਿੰਦੇ ਹੋ, ਤੁਹਾਡਾ ਇਸੇ ਨਾਲ ਹੀ ਬਚਨ ਕਮਾਉਣ ਕਰਕੇ ਕਲਿਆਣ ਹੋ ਜਾਏਗਾ। ਆਖੋ ਭਾਈ ਵਾਹਿਗੁਰੂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੂਰ ਬੀਰ ਬਚਨ ਕੇ ਬਲੀ, ਬਚਨਾਂ ਦੇ ਬਲੀ, ਜੋ ਬਚਨ ਕਹੇ ਉਹਨਾਂ ਉੱਤੇ ਡਟ ਕੇ ਪਹਿਰਾ ਦਿੱਤਾ। ਭਾਈ ਅਮਰੀਕ ਸਿੰਘ ਜੀ ਕਲਕੱਤੇ ਤੋਂ ਆਏ ਖੰਡਾ ਟਰਾਂਸਪੋਰਟ ਦੇ ਮਾਲਕ ਸਨ। ਉਹਨਾਂ ਨੇ ਬੇਨਤੀ ਕੀਤੀ, ਮਹਾਂਪੁਰਖੋ ਤੁਹਾਡੀ ਕੌਮ ਨੂੰ ਬੜੀ ਭਾਰੀ ਜ਼ਰੂਰਤ ਹੈ, ਪਰ ਸਾਨੂੰ ਮਹਿਸੂਸ ਹੁੰਦਾ ਕਿ ਦਿਨ ਬ ਦਿਨ ਜਿਵੇਂ ਸਰਕਾਰ ਹਰਿਮੰਦਰ ਸਾਹਿਬ ਦੀ ਘੇਰਾਬੰਦੀ ਕਰ ਰਹੀ ਹੈ, ਜ਼ਾਲਮ ਹਕੂਮਤ ਕੋਈ ਭਾਣਾ ਵਰਤਾ ਸਕਦੀ ਹੈ, ਹਮਲਾ ਕਰ ਸਕਦੀ ਹੈ, ਆਪਾਂ ਨੂੰ ਆਪਣੇ ਬਚਾਅ ਲਈ ਕੋਈ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ ਹੈ। ਮਹਾਂਪੁਰਖਾਂ ਨੇ ਪੰਗਤੀ ਪੜ੍ਹੀ, ਕਬੀਰ ਮੋਹਿ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਕਹਿਣ ਲੱਗੇ ਭਾਈ ਅਮਰੀਕ ਸਿੰਘ, ਹਿੰਦੂ ਨੂੰ ਹਰਿਦੁਆਰ ਤੋਂ ਪਰੇ ਉਡਾੜ ਦਿਖਾਈ ਦਿੰਦੀ ਹੈ,
ਮੁਸਲਮਾਨ ਨੂੰ ਮੱਕੇ ਤੋਂ ਪਰੇ ਉਡਾੜ ਹੈ, ਸਿੱਖ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਰੇ ਉਡਾੜ ਹੈ। ਮੈਂ ਕਲਗੀਧਰ ਪਾਤਸ਼ਾਹ ਤੋਂ ਐਸੀ ਮੌਤ ਨਹੀਂ ਮੰਗਦਾ ਕਿ ਮੰਜੇ ਉੱਤੇ ਪੈ ਕੇ ਆਪਣੀਆਂ ਅੱਡੀਆਂ ਰਗੜ ਰਗੜ ਕੇ ਮੌਤ ਨੂੰ ਤਰਸਾਂ, ਅਤੇ ਮੌਤ ਐਸੀ ਭਿਆਨਕ ਆਵੇ ਕਿ ਮੈਂ ਤਰਸਦਾ ਤਰਸਦਾ ਮੰਜੇ 'ਤੇ ਪੈ ਕੇ ਆਪਣੇ ਪ੍ਰਾਣ ਦਿਆਂ। ਮੈਂ ਚਾਹੁੰਦਾ ਕਿ ਇਸ ਨਾਲੋਂ ਵੱਡੀ ਪਵਿੱਤਰ ਧਰਤੀ ਸੰਸਾਰ ਕੀ ਕਰੋੜਾਂ ਖੰਡਾਂ ਬ੍ਰਹਿਮੰਡਾਂ ਵਿੱਚ ਕਿਤੇ ਵੀ ਨਹੀਂ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਧਾਤਾ ਤਾਂ ਤੂੰ ਸੋਹਿਆ। ਇਸ ਕਰਕੇ ਮੈਂ ਤਾਂ ਸਤਿਗੁਰੂ ਤੋਂ ਇਹ ਵਰ ਮੰਗਦਾ ਹਾਂ, ਜਬ ਆਪ ਕੀ ਔਧ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਇਸ ਕਰਕੇ ਮੈਂ ਤਾਂ ਇਸੇ ਅਸਥਾਨ 'ਤੇ ਸ਼ਹਾਦਤ ਦੇਣ ਦਾ ਸੰਕਲਪ ਕਰ ਲਿਆ, ਬਚਨ ਕਰ ਲਿਆ, ਪ੍ਰਣ ਕਰ ਲਿਆ। ਔਰ ਉਹਨਾਂ ਬਚਨਾਂ 'ਤੇ ਉਹਨਾਂ ਮਹਾਂਪੁਰਖਾਂ ਨੇ ਜੋ ਬਚਨ ਕੀਤੇ, 6 ਜੂਨ ਵਾਲੇ ਦਿਨ ਉਸ ਬਚਨ ਨੂੰ ਸੰਸਾਰ ਭਰ ਵਿੱਚ ਪੂਰਾ ਕਰਕੇ ਵਿਖਾਇਆ। ਸੋ ਮਹਾਰਾਜ ਕਹਿੰਦੇ, ਭਾਈ ਜਿਹੜਾ ਇੱਕ ਬਚਨ ਤੁਸੀਂ ਆਪਣਾ ਕਮਾਉਂਦੇ ਹੋ, ਧਰਮ ਦੀ ਕਿਰਤ ਕਰਦੇ ਹੋ, ਇਸੇ ਨਾਲ ਹੀ ਤੁਹਾਡੀ ਕਲਿਆਣ ਹੋ ਜਾਣੀ ਹੈ, ਮੁਕਤੀ ਹੋ ਜਾਣੀ ਹੈ। ਝੂਠ ਬਰਾਬਰ ਪਾਪ ਨਾ ਦੂਜਾ। ਮਹਾਰਾਜ ਕਹਿੰਦੇ ਝੂਠ ਦੇ ਬਰਾਬਰ ਹੋਰ ਕੋਈ ਦੂਸਰਾ ਪਾਪ ਨਹੀਂ, ਸਭ ਤੋਂ ਵੱਡਾ ਝੂਠ ਬੋਲਣਾ ਹੀ ਪਾਪ ਹੈ। ਸੱਚ ਸਮਾਨ ਪੁੰਨ ਨਹਿ ਪੂਜਾ। ਔਰ ਸੱਚ ਬੋਲਣ ਦੇ ਬਰਾਬਰ ਕੋਈ ਦੂਜਾ ਪੁੰਨ ਨਹੀਂ, ਸੱਚ ਬੋਲਣ ਦੇ ਤੁੱਲ ਹੋਰ ਕੋਈ ਦੁਨੀਆ ਦਾ ਪੁੰਨ ਦਾਨ ਕੀਤਾ ਹੋਇਆ ਉਹਦੇ ਬਰਾਬਰ ਨਹੀਂ ਹੋ ਸਕਦਾ। ਸਿੱਖਣ ਕੀ ਸੇਵਾ ਨਿਤ ਕਰੋ। ਮਹਾਰਾਜ ਕਹਿੰਦੇ ਭਾਈ ਗੁਰਸਿੱਖ ਤੁਹਾਡੇ ਘਰ ਵਿੱਚ ਆਉਂਦੇ ਆ, ਉਹਨਾਂ ਦੀ ਹਮੇਸ਼ਾ ਸੇਵਾ ਕਰਿਆ ਕਰੋ। ਗੁਰਮਤ ਸਦਾ ਹਿਰਦੇ ਉਰ ਧਰੋ। ਗੁਰਮਤ ਨੂੰ ਸਦਾ ਹਿਰਦੇ ਵਿੱਚ ਵਸਾ ਕੇ ਰੱਖਣਾ ਕਰੋ। ਸੀਤ ਕਾਲ ਮਹਿ ਦੀਜੈ ਜੀਰੋ। ਜਦੋਂ ਠੰਡ ਦਾ ਸਮਾਂ ਆਵੇ ਤਾਂ ਸਿੱਖਾਂ ਨੂੰ ਪਹਿਨਣ ਵਾਸਤੇ ਹਮੇਸ਼ਾ ਵਾਸਤੇ ਗਰਮ ਕੱਪੜੇ ਬਣਾ ਕੇ ਦੇਣੇ ਹਨ। ਭਲੇ ਕਰਮ ਮੈਂ ਕੀ ਜਹ ਧੀਰ। ਸੰਤਾਂ ਦਾ ਬਚਨ ਯਾਦ ਆ ਗਿਆ। ਸਾਧ ਸੰਗਤ ਜੀ, ਭਾਈ ਕਰਨੈਲ ਸਿੰਘ ਜੀ ਰਾਗੀ ਜੀ ਸਨ, ਅੱਖਾਂ ਤੋਂ ਸੂਰਮੇ ਸਨ, ਸ਼ਾਇਦ ਇਸੇ ਨਗਰ ਦੇ ਸਨ, ਮਹਾਂਪੁਰਸ਼ ਪੋਹ ਦੇ ਦਿਨ ਸਨ। ਟੂਟੀਆਂ ਤੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗਰਮ ਚੋਲਾ ਪਾ ਕੇ ਬਾਣੀ ਪੜ੍ਹਦੇ ਆ ਰਹੇ ਸਨ। ਸਾਧ ਸੰਗਤ ਜੀ, ਅੱਖੀ ਵੇਖੀ ਘਟਨਾ ਹੈ, ਜਿੱਥੇ ਵਿਦਿਆਲਾ ਇੱਥੇ ਭਾਈ ਕਰਨੈਲ ਸਿੰਘ ਹੱਥ ਜੋੜ ਕੇ ਖੜਾ, ਸੰਤਾਂ ਨੂੰ ਫਤਿਹ ਬੁਲਾਈ। ਸੰਤਾਂ ਨੇ ਇਸ਼ਾਰਾ ਕੀਤਾ ਸਿੰਘ ਨੂੰ ਕਿ ਰਾਗੀ ਜੀ ਨੂੰ ਪੁੱਛੋ ਕਿ ਕੋਈ ਬਚਨ ਕਰਨਾ। ਉਹਨਾਂ ਨੇ ਉੱਚੀ ਦੇਣੀ ਕਿਹਾ, ਮਹਾਂਪੁਰਖੋ, ਮੈਨੂੰ ਗਰਮ ਚੋਲੇ ਦੀ ਲੋੜ ਹੈ, ਠੰਡ ਬੜੀ ਆ ਗਈ ਹੈ, ਕਿਰਪਾ ਕਰੋ ਗਰਮ ਚੋਲਾ ਬਣਵਾ ਕੇ ਦਿਓ। ਸਾਧ ਸੰਗਤ ਜੀ, ਇੱਕ ਨਹੀਂ ਗਿਣਿਆ ਆਪਣੇ ਤਨ ਉੱਤੇ ਬਹੁਤ ਕੀਮਤੀ ਉਹ ਸਮੇਂ ਦਾ ਬਸਤਰ ਬਣ ਕੇ ਕਿਸੇ ਸਿੰਘ ਨੇ ਸੰਤਾਂ ਲਈ ਚੋਲਾ ਲਿਆਂਦਾ ਸੀ, ਨੀਲੇ ਰੰਗ ਦਾ, ਬੜਾ ਸੋਹਣਾ। ਮਹਾਂਪੁਰਖਾਂ ਨੇ ਪਾਇਆ ਵੀ ਉਸੇ ਦਿਨ ਹੀ ਸੀ, ਉਸੇ ਦਾਮੀ ਆਪਣਾ ਚੋਲਾ ਲਾਹ ਕੇ ਰਾਗੀ ਜੀ ਦੇ ਗਲ ਵਿੱਚ ਪਾ ਦਿੱਤਾ।
ਔਰ ਚਾਦਰ ਲੈ ਕੇ ਉੱਤੇ ਆਪਣੇ ਕਮਰੇ ਵਿੱਚ ਦੋ ਨੰਬਰ ਵਿੱਚ ਚਲੇ ਗਏ, ਨਿਤਨੇਮ ਕਰਨ ਲੱਗ ਪਏ। ਸੋ ਐਸੀ ਉਹਨਾਂ ਦੇ ਹਿਰਦੇ ਵਿੱਚ ਸੇਵਾ ਭਾਵਨਾ, ਪਰਉਪਕਾਰ ਦੀ ਭਾਵਨਾ ਸੀ। ਇਸ ਕਰਕੇ ਤਾਂ ਹੀ ਸਤਿਗੁਰੂ ਜੀ ਦੀਆਂ ਐਸੀਆਂ ਮਹਾਨ ਉਹਨਾਂ ਉੱਤੇ ਬਖਸ਼ਿਸ਼ਾਂ ਹੋਈਆਂ। ਸੀਤ ਕਾਲ ਮੈਂ ਕਹਿੰਦੇ ਠੰਡ ਦੇ ਸਮੇਂ ਵਿੱਚ ਸਿੱਖਾਂ ਨੂੰ ਗਰਮ ਵਸਤਰ ਬਣਾ ਕੇ ਦੇਣੇ ਹਨ। ਭਲੇ ਕਰਮ ਮੈਂ ਕੀਜਾ ਧੀਰ, ਔਰ ਧੀਰਜ ਧਾਰ ਕੇ ਭਾਵ ਮਨ ਨੂੰ ਬੁੱਧੀ ਨੂੰ ਚੰਗੇ ਕਰਮਾਂ ਵਿੱਚ ਲਾ ਕੇ ਰੱਖਣਾ ਹੈ। ਧੀਰ ਨਾਮ ਬੁੱਧੀ ਦਾ ਵੀ ਹੁੰਦਾ ਹੈ। ਗੁਰ ਕੋ ਬਚਨ ਮਾਨ ਘਰ ਆਏ, ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਕਿ ਨਾਲ ਨਾਲ ਤੁਸੀਂ ਧਰਮ ਦੀ ਕਿਰਤ ਕਰਦੇ ਆ, ਇੱਕ ਬੋਲ ਉੱਤੇ ਹੀ ਹਮੇਸ਼ਾ ਸਾਰਾ ਕਾਰੋਬਾਰ ਔਰ ਘਰ ਦੇ ਕੰਮ, ਲੋਕਾਂ ਨਾਲ ਹਰ ਸਮੇਂ ਵਰਤ ਵਿਹਾਰ ਇੱਕ ਬਚਨ ਦਾ ਰੱਖਣਾ, ਬਾਰ ਬਾਰ ਬਚਨ ਨਹੀਂ ਬਦਲਣਾ। ਦੂਜਾ ਆ ਗੁਰਮਤਿ ਦੀ ਸਿੱਖਿਆ, ਇਸ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ, ਇਹ ਬਚਨਾਂ ਨੂੰ ਮੰਨ ਕੇ ਸਤਿਗੁਰਾਂ ਦੀ ਆਗਿਆ ਲੈ ਕੇ ਆਪਣੇ ਘਰ ਨੂੰ ਆਏ ਹਨ ਵਾਪਸ। ਸਿੱਖਣ ਕੀ ਸੇਵਾ ਮਨ ਲਾਏ, ਮਨ ਲਾ ਕੇ ਗੁਰਸਿੱਖਾਂ ਦੀ ਸੇਵਾ ਕਰਦੇ ਆ। ਸੁਤ ਬਨਤਾ ਸਭ ਕੇ ਉਰ ਭਾਓ, ਪੁੱਤਰਾਂ ਅਤੇ ਘਰ ਵਾਲੀਆਂ ਦੇ ਮਨ ਵਿੱਚ ਵੀ ਬੜਾ ਪ੍ਰੇਮ ਪੈਦਾ ਕਰ ਦਿੱਤਾ ਸੇਵਾ ਕਰਨ ਵਾਲਾ। ਮਿਲੇ ਸਿੱਖ ਸੰਗ ਮਧੁਰ ਸੁਭਾਓ, ਜਿਹੜਾ ਵੀ ਸਿੱਖ ਮਿਲਦਾ ਉਸ ਨੂੰ ਬੜੇ ਪਿਆਰ ਨਾਲ ਮਿਲ ਕੇ ਉਸ ਸਿੱਖ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਆ। ਗੁਰਬਾਣੀ ਸੰਗ ਪਿਆਰ ਕਰਨ ਤੇ, ਔਰ ਗੁਰਬਾਣੀ ਨਾਲ ਹੀ ਅੰਤਰੀਵ ਪਿਆਰ ਹੈ, ਗੁਰਬਾਣੀ ਦੇ ਨਾਲ ਹੀ ਇਹਨਾਂ ਦਾ ਮਨ ਜੁੜਿਆ ਹੋਇਆ ਹੈ। ਪਠੈ ਸੁਣੈ ਤਿਸ ਪੰਥ ਚੱਲਣ ਤੇ, ਗੁਰਬਾਣੀ ਪੜ੍ਹਦੇ ਆ, ਗੁਰਬਾਣੀ ਸੁਣਦੇ ਆ, ਜੋ ਗੁਰਮਤਿ ਦਾ ਗੁਰਬਾਣੀ ਦਾ ਉਪਦੇਸ਼ ਹੈ ਉਸ ਅਨੁਸਾਰ ਗੁਰਮਤਿ ਦੇ ਮਾਰਗ ਦੇ ਉੱਤੇ ਚੱਲਦੇ ਹਨ। ਚਰਨ ਪਖਾਰੈ ਸਿੱਖਨ ਕੇਰੇ, ਜਦੋਂ ਕੋਈ ਸਿੱਖ ਘਰ ਵਿੱਚ ਆਉਂਦਾ ਉਹਦੇ ਚਰਨ ਧੋਂਦੇ ਹਨ ਪ੍ਰੇਮ ਦੇ ਨਾਲ। ਭੋਜਨ ਵਸਤਰ ਨਦਾਨ ਕਨੇਰੇ, ਔਰ ਸਿੱਖਾਂ ਨੂੰ ਲੰਗਰ ਛਕਾਉਂਦੇ ਆ, ਵਸਤਰ ਦਿੰਦੇ ਆ ਤੇ ਦਾਨ ਵੀ ਬਹੁਤ ਕਰਦੇ ਆਪਣੀ ਨੇਕ ਕਮਾਈ ਵਿੱਚੋਂ। ਇਮ ਕਰਤੇ ਹੀ ਭਇਓ ਉਧਾਰ, ਇਸ ਤਰ੍ਹਾਂ ਸੇਵਾ ਕਰਦੇ ਆ, ਗੁਰਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਧਰਮ ਦੀ ਕਿਰਤ ਕਰਦੇ ਆ, ਸਤਿਗੁਰਾਂ ਦੇ ਬਚਨ ਮੰਨ ਕੇ ਇਹਨਾਂ ਦਾ ਵੀ ਉਧਾਰ ਹੋ ਗਿਆ, ਜੰਮਣ ਮਰਨ ਦਾ ਗੇੜਾ ਕੱਟਿਆ ਗਿਆ। ਪਾਏ ਪਰਮ ਪਦ ਗੁਰ ਦਰਬਾਰ, ਗੁਰੂ ਦੇ ਦਰਬਾਰ ਵਿੱਚ ਪਰਮ ਪਦਵੀ ਮੁਕਤੀ ਦੀ ਦਾਤ ਪ੍ਰਾਪਤ ਹੋਈ ਇਹਨਾਂ ਗੁਰਸਿੱਖਾਂ ਨੂੰ। ਗੋਪੀ ਮਹਿਤਾ ਨੱਥਾ ਔਰ, ਅਗਲਾ ਪ੍ਰਸੰਗ ਆਰੰਭ ਹੋਇਆ ਜੀ। ਭਾਈ ਗੋਪੀ ਮਹਿਤੀ ਮਹਿਤਾ ਕੁਲ ਵਿੱਚੋਂ ਹੈ, ਮਹਿਤਾ ਜਾਤੀ ਆ ਖੱਤਰੀਆਂ ਦੀ। ਗੋਪੀ ਮਹਿਤਾ ਜਾਤੀ ਵਿੱਚੋਂ ਅਤੇ ਭਾਈ ਨੱਥਾ, ਭਾਊ ਮੋਕਲ ਮਿਲ ਇੱਕ ਠੌਰ, ਭਾਊ ਮੋਕਲ ਇਹ ਤਿੰਨੇ ਸਿੱਖ ਮਿਲ ਕਰਕੇ ਇੱਕ ਜਗ੍ਹਾ। ਢਿੱਲੀ ਮੰਡਲ ਗੁਰ ਟਿਕ ਆਏ, ਚੌਥਾ ਭਾਈ ਢਿੱਲੀ ਮੰਡਲ ਹੈ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹਨ। ਬੰਦਨ ਕਰ ਸ਼ੁਭ ਦਰਸ਼ਨ ਪਾਏ, ਨਮਸਕਾਰ ਕਰਕੇ ਹਜ਼ੂਰ ਨੂੰ ਇਹਨਾਂ ਨੇ ਮੱਥਾ ਟੇਕ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ ਹੈ। ਹੱਥ ਜੋੜ ਪ੍ਰਸੰਗ ਬਖਾਨਾ, ਹੱਥ ਜੋੜ ਕੇ ਇਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਆਪਣੇ ਵੱਲੋਂ।
ਬਾਣੀ ਰਚੀ ਆਪ ਬਿਦ ਨਾਨਾ। ਸਤਿਗੁਰੂ ਜੀ ਜਿਹੜੀ ਬਾਣੀ ਆਪ ਜੀ ਨੇ ਉਚਾਰੀ ਹੈ ਬਹੁਤ ਤਰ੍ਹਾਂ ਦਾ ਉਸ ਵਿੱਚ ਉਪਦੇਸ਼ ਦਿੱਤਾ ਸੰਗਤਾਂ ਨੂੰ। ਪੜਤ ਸੁਨਤ ਮਨ ਕੋ ਸੁਖ ਦੇਤ। ਜਿਹੜਾ ਸ਼ਰਧਾ ਨਾਲ ਗੁਰਬਾਣੀ ਪੜ੍ਹਦਾ ਸੁਣਦਾ ਉਹਦੇ ਮਨ ਨੂੰ ਗੁਰਬਾਣੀ ਸ਼ਾਂਤ ਕਰ ਦਿੰਦੀ ਹੈ, ਐਨ ਮਨ ਸੁਖੀ ਹੋ ਜਾਂਦਾ ਹੈ। ਪ੍ਰੇਮ ਵਧਾਵੈ ਦੁੱਖ ਹਰ ਲੇਤ। ਸਿੱਖ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਵੱਧ ਜਾਂਦਾ ਤੇ ਬਾਣੀ ਸਾਰੇ ਦੁੱਖਾਂ ਨੂੰ ਨਾਸ ਕਰ ਦਿੰਦੀ ਹੈ। ਵਿਸ਼ਿਆਂ ਤੇ ਸ਼ਾਂਤੀ ਉਪਜਾਵੈ। ਵਿਕਾਰਾਂ ਵੱਲੋਂ ਵੀ ਮਨ ਨੂੰ ਸ਼ਾਂਤੀ ਪੈਦਾ ਹੋ ਜਾਂਦੀ ਹੈ, ਮਨ ਟਿਕ ਜਾਂਦਾ ਹੈ। ਸਤਨਾਮ ਕੋ ਸਿਮਰਨ ਭਾਵੈ। ਵਾਹਿਗੁਰੂ ਦਾ ਸਿਮਰਨ ਕਰਨਾ ਚੰਗਾ ਲੱਗਦਾ, ਹੋਰ ਕੋਈ ਗੱਲ ਵੱਲ ਧਿਆਨ ਨਹੀਂ ਜਾਂਦਾ ਬਾਣੀ ਦੀ ਕਮਾਈ ਕਰਦਿਆਂ। ਕੇਤਕ ਅਪਰਨ ਕੀਨ ਸਬਾਨੀ। ਇਹ ਤਾਂ ਤੁਹਾਡੀ ਬਾਣੀ ਜੋ ਪਹਿਲੇ ਸਤਿਗੁਰਾਂ ਤੋਂ ਹੁਣ ਤੱਕ ਉਚਾਰੀ ਹੈ ਉਸ ਦਾ ਮਹੱਤਮ ਹੈ। ਇਸ ਤੋਂ ਇਲਾਵਾ ਗੁਰੂ ਘਰ ਤੋਂ ਵੱਖਰੀ ਵੀ ਕਈ ਲੋਕਾਂ ਨੇ ਬਾਣੀ ਬਣਾਈ ਹੈ ਆਪਣੇ ਵੱਲੋਂ। ਬਹੁ ਵਿਦ ਤੇ ਚਾਤੁਰਤਾ ਸਾਨੀ। ਬੜੀ ਉਹਦੇ ਵਿੱਚ ਚਤੁਰਾਈ ਨਾਲ ਗੁਰੂ ਨਾਨਕ ਸਾਹਿਬ ਦੇ ਨਾਮ ਵੀ ਪਾਏ ਔਰ ਆਪਣੇ ਵੱਲੋਂ ਉਹਨਾਂ ਨੇ ਬਾਣੀ ਦੇ ਬਰਾਬਰ ਕਵਿਤਾਵਾਂ ਰਚਣ ਦਾ ਯਤਨ ਕੀਤਾ ਕਿ ਬਾਣੀ ਵਰਗੀ ਅਸੀਂ ਵੀ ਕਵਿਤਾ ਰਚ ਕੇ ਬਾਣੀ ਦੀ ਬਰਾਬਰਤਾ ਕਰ ਲਈਏ। ਉਹਨਾਂ ਨੇ ਐਸੀ ਵੀ ਬੁੱਧੀ ਦੇ ਨਾਲ ਬੜੀ ਭਾਰੀ ਚਤੁਰਾਈ ਕੀਤੀ ਹੈ। ਤਿੰਨ ਤੇ ਮਨ ਲਹਿ ਦਰਵੈ ਸੁਨੇਤੇ। ਸੁਨੇ ਤੇ ਜਦੋਂ ਉਹਨਾਂ ਲੋਕਾਂ ਦੀ ਕਾਵਿ ਉਹਨਾਂ ਦੀ ਬਣਾਈ ਰਚਨਾ ਪੜ੍ਹਦੇ ਹਨ ਤਾਂ ਮਨ ਬਾਣੀ ਉਹਨਾਂ ਦੀ ਰਚਨਾ ਨੂੰ ਸੁਣ ਕੇ ਮਨ ਢਲਦਾ ਨਹੀਂ ਹੈ, ਭਾਵ ਮਨ ਵਿੱਚ ਉਹਨਾਂ ਦੇ ਰਚਨਾ ਕੀਤੀ ਹੋਈ ਕਾਵਿ ਦਾ ਜਾਂ ਕਵਿਤਾ ਦਾ ਅਸਰ ਨਹੀਂ ਹੁੰਦਾ ਹੈ। ਪ੍ਰੇਮ ਨਾ ਉਪਜੈ ਹਿਰਦੈ ਭਨੇ ਤੇ। ਜੇ ਕੋਈ ਉਹਨੂੰ ਭਨੈ ਉਚਾਰਦਾ ਹੈ ਤਾਂ ਵੀ ਹਿਰਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਨਹੀਂ ਪੈਦਾ ਹੁੰਦਾ। ਸ੍ਰੀ ਮੁਖ ਤੇ ਫੁਰਮਾਵਨ ਕੀਨਾ। ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਤਾਂ ਆਪ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ। ਗੁਰਬਾਨੀ ਮੈਂ ਸ਼ਕਤ ਪਰਬੀਨਾ। ਆਖੋ ਭਾਈ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਗੁਰਬਾਣੀ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਸਦਾ ਹੀ ਸ਼ਕਤੀ ਦਾ ਨਿਵਾਸ ਹੈ। ਗੁਰਬਾਣੀ ਸ਼ਕਤੀਆਂ ਦਾ ਸਮੁੰਦਰ ਹੈ ਵਿਸ਼ੇਸ਼ ਕਰਕੇ, ਔਰ ਗੁਰਬਾਣੀ ਗਿਆਨ ਦੀ ਦਾਤਾ ਹੈ। ਜਿਨ ਪ੍ਰਾਣੀ ਚਾਹੇ ਉਹ ਕਲਿਆਣਾ। ਜਿਹੜਾ ਪ੍ਰਾਣੀ ਚਾਹੁੰਦਾ ਮੇਰੀ ਮੁਕਤੀ ਹੋ ਜਾਵੇ। ਸੋ ਜੇ ਪਠੈ ਸੁਣੈ ਸ਼ੁਭ ਕਾਨਾ। ਜੋ ਸਤਿਗੁਰਾਂ ਦੀ ਬਾਣੀ ਉਚਾਰੀ ਹੈ ਉਸ ਬਾਣੀ ਨੂੰ ਪੜ੍ਹਨਾ ਕਰੇ, ਕੰਨਾਂ ਨਾਲ ਸੁਣਨਾ ਕਰੇ। ਫਲ ਵਿਸਾਲ ਤਿਸ ਪ੍ਰਾਪਤ ਹੋਏ। ਗੁਰਬਾਣੀ ਪੜ੍ਹਨ ਨਾਲ ਬਹੁਤ ਵੱਡਾ ਫਲ ਉਸ ਸਿੱਖ ਨੂੰ ਪ੍ਰਾਪਤ ਹੋਵੇਗਾ। ਬਹੁ ਅਭਿਆਸ ਕਰੈ ਨਰ ਸੋਏ। ਜਿਹੜਾ ਪ੍ਰਾਣੀ ਗੁਰਬਾਣੀ ਦਾ ਬਹੁਤਾ ਅਭਿਆਸ ਕਰੇਗਾ। ਅੱਜ ਤਾਂ ਆਖਦੇ ਹੈ ਨਾ ਮਨਮੁਖ ਲੋਕ, ਤਰਕਾਂ ਕਰਨ ਵਾਲੇ, ਅਖੇ ਜਪਜੀ ਸਾਹਿਬ ਇੱਕ ਵਾਰੀ ਪੜ੍ਹ ਲਿਆ ਦੁਬਾਰਾ ਪੜ੍ਹਨ ਦੀ ਕੀ ਲੋੜ ਹੈ। ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ 84 ਜਪਜੀ ਸਾਹਿਬ ਜੀ ਦੇ ਪਾਠ ਆਪ ਕਰਦੇ। ਗੁਰੂ ਕੇ ਸਿੱਖ ਬੇਅੰਤ ਭਾਈ ਲੱਖੂ ਜੀ ਜੈਸੇ ਮਹਾਂਪੁਰਖ 21 ਪਾਠ, ਭਾਈ ਪ੍ਰਾਣਾ ਜੀ ਸੁਖਮਨੀ ਸਾਹਿਬ ਦੇ 5 ਪਾਠ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 110 ਪਾਠ ਜਪਜੀ ਸਾਹਿਬ ਜੀ ਦੇ,
ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ 101 ਪਾਠ ਜਪਜੀ ਸਾਹਿਬ ਜੀ ਦਾ, ਜਿਹੜੇ ਸਿੰਘ ਨਾਲ ਸ਼ਹੀਦ ਹੋਏ ਭਾਈ ਦਲਵੀਰ ਸਿੰਘ ਜੀ ਅਭਿਆਸੀ ਵਰਗੇ ਗੁਰਮੁਖ, ਉਹ ਭਾਈ 101 ਜਪਜੀ ਸਾਹਿਬ ਜੀ ਦਾ ਪਾਠ ਉਹ ਗੁਰਮੁਖ ਵੀ ਕਰਦੇ, ਪਹਿਲਾਂ ਉਹ ਇਸ ਅਸਥਾਨ 'ਤੇ ਔਰ ਜਥੇ ਵਿੱਚ ਅਭਿਆਸ ਕਰਦੇ ਰਹੇ, ਫਿਰ ਸ਼ਹੀਦੀਆਂ ਦੇਣ ਤੱਕ ਵੀ ਉਹਨਾਂ ਨੇ ਆਪਣਾ ਅਭਿਆਸ ਨਿਰੰਤਰ ਜਾਰੀ ਰੱਖਿਆ। ਇਸ ਕਰਕੇ ਸਤਿਗੁਰੂ ਜੀ ਵੀ ਇੱਥੇ ਆਗਿਆ ਕਰ ਰਹੇ ਆ, ਕਹਿੰਦੇ ਜਿਹੜਾ ਭਾਈ ਗੁਰਬਾਣੀ ਦਾ ਬਹੁਤਾ ਅਭਿਆਸ ਕਰੇਗਾ, ਅਭਿਆਸ ਕੀ ਕਰਨਾ, ਬਾਰ ਬਾਰ ਗੁਰਬਾਣੀ ਦਾ ਅਭਿਆਸ, ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ, ਆਸਾ ਜੀ ਦੀ ਵਾਰ ਦੇ ਪਾਠ, ਗੁਰ ਸ਼ਬਦਾਂ ਦਾ, ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ, ਜਿਹੜੇ ਸਿੱਖਿਓ ਬਾਰ ਬਾਰ ਬਾਣੀ ਦਾ ਅਭਿਆਸ ਕਰਨਗੇ, ਬਾਰ ਬਾਰ ਬਾਣੀ ਪੜ੍ਹਨੀ, ਬਾਰ ਬਾਰ ਅਭਿਆਸ ਕਰਨਾ, ਸੋ ਹੋਏ ਜਾਤ ਮੁਕੰਦ ਪਰਾਇਨ। ਪਰਾਇਨ ਦਾ ਅਰਥ ਹੁੰਦਾ ਆਸਰੇ, ਵਾਹਿਗੁਰੂ ਦੇ ਆਸਰੇ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਏਗੀ, ਬਹੁਤਾ ਅਭਿਆਸ ਕਰਨ ਵਾਲਿਆਂ ਉੱਤੇ ਕਿਰਪਾ ਹੋਏਗੀ। ਸਿਮਰਨ ਕਰੇ ਕੁਸੰਗ ਹੈ ਪਾਏ ਨਾ, ਔਰ ਜਿਹੜਾ ਸਿਮਰਨ ਕਰੇਗਾ ਉਹ ਕਦੇ ਵੀ ਕੁਸੰਗਤ ਦੇ ਭਾਵ ਉਹਦੇ ਨੇੜੇ ਔਗਣ ਨਹੀਂ ਆਉਣਗੇ, ਔਗਣਾਂ ਤੋਂ ਵੀ ਬਚਿਆ ਰਹੇਗਾ। ਜਗ ਮੈਂ ਪਾਏ ਕਾਮਨਾ ਸੁਖੀ, ਔਰ ਸੰਸਾਰ ਦੀਆਂ ਕਾਮਨਾਵਾਂ ਵੀ ਉਹਨੂੰ ਪ੍ਰਾਪਤ ਹੋਣਗੀਆਂ, ਜੋ ਇੱਛੇਗਾ ਉਹੀ ਮਿਲੇਗਾ ਤੇ ਸੁਖੀ ਰਹੇਗਾ। ਇਸ ਲੋਕ ਵਿੱਚ ਵੀ ਨਹਿ ਪਰਲੋਕ ਮੈਂ ਕੈਸੇ ਦੁਖੀ, ਕਿਸੇ ਵੀ ਤਰ੍ਹਾਂ ਪਰਲੋਕ ਵਿੱਚ ਵੀ ਜਮਾਂ ਤੋਂ ਦੁੱਖ ਨਹੀਂ ਉਹਨੂੰ ਨੇੜੇ ਆਏਗਾ, ਪਾਪ ਪਰਲੋਕ ਦੇ ਦੁੱਖ ਵੀ ਉਹਦੇ ਨੇੜੇ ਨਹੀਂ ਆਉਣਗੇ। ਤਿੰਨ ਸਿੱਖਨ ਸੁਣ ਕੇ ਸੁੱਖ ਪਾਇਓ, ਇਹਨਾਂ ਸਿੱਖਾਂ ਨੇ ਸਤਿਗੁਰੂ ਜੀ ਦਾ ਐਸਾ ਉਪਦੇਸ਼ ਸੁਣ ਕੇ ਸ਼ਾਂਤੀ ਨੂੰ ਪ੍ਰਾਪਤ ਕੀਤਾ, ਗੁਰਬਾਣੀ ਸੰਗ ਪ੍ਰੇਮ ਵਧਾਇਓ, ਗੁਰਬਾਣੀ ਨਾਲ ਬਹੁਤ ਪ੍ਰੇਮ ਵਧਿਆ ਇਹਨਾਂ ਦਾ, ਜਿੰਨੇ ਸਿੰਘ ਦਰਬਾਰ ਸਾਹਿਬ ਸ਼ਹੀਦ ਹੋਏ ਮਹਾਂਪੁਰਖਾਂ ਨਾਲ, ਇੱਕ ਤੋਂ ਉੱਤੇ ਇੱਕ ਤੋਂ ਉੱਤੇ ਸਾਧ ਸੰਗਤ ਜੀ ਇੱਕ ਤੋਂ ਇੱਕ ਚੜ੍ਹੰਦੀਆ, ਕੌਣ ਜਾਣੇ ਮੇਰਾ ਨਾਉ ਜੀਓ, ਪੰਜ ਬਾਣੀਆਂ ਪੰਜ ਗ੍ਰੰਥੀ ਦੇ ਨਿਤਨੇਮੀ, ਬਾਣੀ ਦੇ ਆਸਰੇ ਉਹਨਾਂ ਨੇ ਐਡੇ ਜਬਰ ਦਾ ਮੁਕਾਬਲਾ ਕੀਤਾ ਸਾਧ ਸੰਗਤ ਜੀ। ਭਾਈ ਹਰਚਰਨ ਸਿੰਘ ਜੀ ਮੁਕਤਾ ਜੋ ਵੱਡੇ ਮਹਾਂਪੁਰਖਾਂ ਦੇ ਸਮੇਂ ਦੇ ਜਥੇ ਦੇ ਵਿੱਚ ਸਨ, ਉਹ ਚੰਡੀ ਦੀ ਵਾਰ ਦੇ ਬਹੁਤ ਪਾਠ ਕਰਿਆ ਕਰਦੇ ਸਨ, ਹਮੇਸ਼ਾ ਬੀਰਸ ਵਿੱਚ ਰਹਿਣਾ, ਔਰ ਸਤਿਗੁਰੂ ਜੀ ਨੂੰ ਉਹਨਾਂ ਨੇ ਇੰਨੀ ਦਿਵ ਦ੍ਰਿਸ਼ਟੀ ਦਿੱਤੀ ਹੋਈ ਸੀ ਸਾਧ ਸੰਗਤ ਜੀ, ਉਹਨਾਂ ਨੇ ਕਈ ਵਾਰੀ ਸੰਤਾਂ ਨੂੰ ਆ ਕੇ ਬਚਨ ਕਹਿਣੇ, ਔਰ ਦਰਬਾਰ ਸਾਹਿਬ ਦੇ ਹਮਲੇ ਤੋਂ ਕਈ ਮਹੀਨੇ ਬਲਕਿ ਕਈ ਸਾਲ ਪਹਿਲਾਂ ਹੀ ਅਜੇ ਸੰਤਾਂ ਨੇ ਜਾ ਕੇ ਉੱਥੇ ਮੋਰਚਾ ਲਾਇਆ ਹੀ ਸੀ, ਸ਼੍ਰੀ ਗੁਰੂ ਨਾਨਕ ਨਿਵਾਸ ਮਹਾਂਪੁਰਸ਼ਾਂ ਦੇ ਪਾਸ ਆਏ, ਕਹਿਣ ਲੱਗੇ ਤੁਹਾਨੂੰ ਪਤਾ ਵੀ ਇੱਥੇ ਕੀ ਭਾਣਾ ਵਾਪਰਨਾ। ਸੰਤ ਕਹਿੰਦੇ ਮੁਕਤਾ ਜੀ ਦੱਸੋ, ਕਹਿੰਦੇ ਇੱਥੇ ਲੱਖਾਂ ਦੀ ਫੌਜ ਦਾ ਘੇਰਾ ਪੈਣਾ, ਔਰ ਸਮੇਂ ਦੀ ਹਿੰਦ ਸਰਕਾਰ ਨੇ ਬੜਾ ਭਾਰੀ ਹਮਲਾ ਕਰਨਾ, ਅਣਗਿਣਤ ਸਿੰਘਾਂ ਦੀ, ਬਜ਼ੁਰਗਾਂ ਦੀ, ਪਚੰਗੀਆਂ ਦੀ, ਮਾਵਾਂ ਦੀ ਇੱਥੇ ਸ਼ਹੀਦੀ ਹੋਏਗੀ, ਅਕਾਲ ਤਖਤ ਸਾਹਿਬ ਨੂੰ ਜ਼ਾਲਮ ਢਹਿ ਢੇਰੀ ਕਰ ਦੇਣਗੇ। ਇਹ ਐਸੀ ਦ੍ਰਿਸ਼ਟੀ ਉਹਨਾਂ ਨੂੰ ਸਤਿਗੁਰੂ ਨੇ ਬਖਸ਼ੀ ਹੋਈ ਸੀ, ਜਿੱਥੇ ਉਹ ਨਿਤਨੇਮ ਬਹੁਤ ਕਰਦੇ, ਉੱਥੇ ਚੰਡੀ ਦੀ ਵਾਰ ਦੇ ਬਹੁਤ ਪਾਠ ਸਾਰਾ ਸਾਰਾ ਦਿਨ ਕਰਦੇ ਰਹਿੰਦੇ ਸਨ। ਸੋ ਸਾਧ ਸੰਗਤ ਜੀ,
ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ। ਐਸੀ ਅਵਸਥਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਸੀ ਜਿਨ੍ਹਾਂ ਨੇ ਉੱਥੇ ਸ਼ਹੀਦੀਆਂ ਦਿੱਤੀਆਂ। ਬਾਬਾ ਠਾਰਾ ਸਿੰਘ ਜੀ ਨੇ ਕਿੰਨੀ ਵੱਡੀ ਸਾਰੀ ਜ਼ਿੰਦਗੀ ਸੇਵਾ ਕੀਤੀ, ਇਸ ਅਸਥਾਨ 'ਤੇ ਵੀ ਸੇਵਾ ਕੀਤੀ, ਔਰ ਸਾਧ ਸਿੰਘ ਜੀ ਗੁਰਬਾਣੀ ਦਾ ਅਭਿਆਸ ਵੀ ਕਮਾਇਆ। ਇਸੇ ਤਰ੍ਹਾਂ ਸਤਿਕਾਰਯੋਗ ਮਹਾਂਪੁਰਖਾਂ ਦੇ ਗੜਬਈ ਭਾਈ ਗੁਰਮੁਖ ਸਿੰਘ ਜੀ ਗੜਬਈ ਦੌਰਾਨ ਸੇਵਾ ਕਰਦਿਆਂ ਜਪਜੀ ਸਾਹਿਬ ਚੌਪਈ ਸਾਹਿਬ ਦਾ 101 ਪਾਠ ਰੋਜ਼ ਕਰਿਆ ਕਰਦੇ ਸਨ। ਇਸੇ ਤਰ੍ਹਾਂ ਗਿਆਨੀ ਜੋਗਿੰਦਰ ਸਿੰਘ ਜੀ ਚੱਕ ਰਾਜੂ ਵਾਲੇ ਜਪਜੀ ਸਾਹਿਬ ਦੇ 51 ਪਾਠ ਨਿਤਾ ਨੇਮ ਉਹ ਆਪਣਾ ਅਭਿਆਸ ਬਣਾ ਕੇ ਕਰਿਆ ਕਰਦੇ ਸਨ। ਸੋ ਸੰਤਾਂ ਨਾਲ ਵੱਡੀ ਗਿਣਤੀ ਵਿੱਚ ਰਹਿਣ ਵਾਲੇ ਸਿੰਘ ਸਾਧ ਸਿੰਘ ਜੀ ਬਹੁਤ ਵੱਡੇ ਨਾਮ ਦੇ ਗੁਰਬਾਣੀ ਦੇ ਰਸੀਏ ਸਨ। ਬਹੁਤ ਉਹਨਾਂ ਨੇ ਬਾਣੀ ਦੀ ਕਮਾਈ ਕੀਤੀ, ਤਾਂ ਹੀ ਐਡੀ ਵੱਡੀ ਜ਼ਾਲਮ ਹਕੂਮਤ ਨਾਲ ਜੂਝ ਕੇ ਮੱਥਾ ਲਾ ਕੇ ਸ਼ਹੀਦੀਆਂ ਦਿੱਤੀਆਂ। ਇਉਂ ਬਾਣੀ ਦੇ ਨਾਲ ਉਹਨਾਂ ਸਿੰਘਾਂ ਦਾ ਰੋਮ ਰੋਮ ਰਚਿਆ ਹੋਇਆ ਸੀ। ਮਹਿਤਾ ਸ਼ਕਤੂ ਸਿੱਖ ਨਿਹਾਲੂ। ਅਗਲਾ ਪ੍ਰਸੰਗ ਚੱਲਿਆ ਜੀ, ਭਾਈ ਸ਼ਕਤੂ ਮਹਿਤਾ ਸਿੱਖ ਹੈ ਤੇ ਦੂਜਾ ਭਾਈ ਨਿਹਾਲੂ ਹੈ। ਬਸ ਹੈ ਆਗਰੇ ਸੁਮਤ ਬਿਸਾਲੂ। ਔਰ ਆਗਰੇ ਦੇ ਰਹਿਣ ਵਾਲੇ ਸਿੱਖ ਹੈ, ਬੜੀ ਦੂਰੋਂ ਦੂਰੋਂ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੇ ਹੈ, ਬੜੇ ਗਿਆਨਵਾਨ ਸਿਆਣੇ ਗੁਰੂ ਕੇ ਸਿੱਖ ਹਨ। ਦਰਸ਼ਨ ਸ੍ਰੀ ਅਰਜਨ ਕੇ ਆਏ। ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹੈ। ਵੰਦਨ ਕਰਕੇ ਬੈਠ ਅਲਾਏ, ਮੱਥਾ ਟੇਕ ਕੇ ਨਮਸਕਾਰ ਕਰਕੇ ਬੇਨਤੀ ਕੀਤੀ ਇਹਨਾਂ ਸਿੱਖਾਂ ਨੇ। ਬਿਪਰ ਕਰਮ ਕਾਂਡੀ ਇਮ ਕਹਿ। ਸੁਮਤ ਵਿਸਾਲੂ ਤਾਂ ਕਿਹਾ, ਇਹ ਬੜੇ ਗਿਆਨਵਾਨ ਸਨ, ਵਿਦਿਆ ਪੜ੍ਹੇ ਹੋਏ ਸਨ, ਧਾਰਮਿਕ ਵਿਦਿਆ ਦੇ ਗਿਆਤੇ ਸਨ। ਇਹਨਾਂ ਨੇ ਕੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਕਰਮ ਕਾਂਡੀ ਬ੍ਰਾਹਮਣ ਹੈ ਨਾ, ਉਹ ਇਸ ਤਰ੍ਹਾਂ ਉਪਦੇਸ਼ ਦਿੰਦੇ ਆ ਲੋਕਾਂ ਨੂੰ, ਬਿਨ ਸ਼ੁਭ ਕਰਮ ਨਾ ਸ਼ੁਭ ਗਤ ਲਹੈ। ਉਹ ਕਹਿੰਦੇ ਹੈ ਵੀ ਬਿਨਾਂ ਸ਼ੁਭ ਚੰਗੇ ਕਰਮ ਕੀਤਿਆਂ ਤੋਂ ਬਿਨਾਂ ਬੰਦੇ ਨੂੰ ਮੁਕਤੀ ਨਹੀਂ ਮਿਲਦੀ ਹੈ। ਨਿਤ ਕਰਮ ਤਰਪਣ ਗਾਇਤਰੀ। ਬੰਦੇ ਨੂੰ ਰੋਜ਼ ਨਿਤ ਕਰਮ ਕਰਨਾ ਚਾਹੀਦਾ, ਜਿਹਦੇ ਵਿੱਚ ਤਰਪਣ, ਸੂਰਜ ਨੂੰ ਪਾਣੀ ਦੇਣਾ, ਤਰਪਣ ਨਾਮ ਪਾਣੀ ਦੇਣ ਦਾ ਹੁੰਦਾ, ਗਾਇਤਰੀ ਮੰਤਰ ਜੋ ਵਿਸ਼ਵਾਮਿੱਤਰ ਨੇ ਉਚਾਰੀ ਸੀ। ਔਰ ਸਾਧ ਸੰਗਤ ਜੀ ਜਦੋਂ ਵਸਿਸ਼ਠ ਜੀ ਨੇ ਉਹਨੂੰ ਬ੍ਰਹਮ ਰਿਸ਼ੀ ਨਾਂ ਕਿਹਾ, ਉਹਦਾ ਲਿਬਾਸ ਵੇਖ ਕੇ ਰਾਜ ਰਿਸ਼ੀ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਆਉਣਾ ਰਾਜ ਰਿਸ਼ੀ ਆਖਣਾ, ਵਸਿਸ਼ਠ ਜੀ ਦਾ 101 ਪੁੱਤਰ ਸੀ, ਹਰ ਵੇਰੀ ਇੱਕ ਪੁੱਤਰ ਮਾਰ ਦੇਣਾ, 100 ਦਾ 100 ਹੀ ਮਾਰ ਦਿੱਤਾ, ਕ੍ਰੋਧ ਵਿੱਚ ਆ ਕੇ ਕਿ ਮੈਨੂੰ ਬ੍ਰਹਮ ਰਿਸ਼ੀ ਕਿਉਂ ਨਹੀਂ ਕਿਹਾ ਜਾਂਦਾ, ਬ੍ਰਹਮ ਗਿਆਨੀ ਕਿਉਂ ਨਹੀਂ ਕਿਹਾ ਜਾਂਦਾ। ਅੱਜ ਕੱਲ੍ਹ ਤਾਂ ਜਣਾ ਖਣਾ ਬ੍ਰਹਮ ਗਿਆਨੀ ਕਹਾਉਣ ਵਿੱਚ ਬੜਾ ਮਸਤ ਹੈ, ਆਪਣੇ ਚੇਲੇ ਚਪਟਿਆਂ ਤੋਂ ਹੀ ਬ੍ਰਹਮ ਗਿਆਨੀ ਕਹਾਈ ਜਾਂਦੇ ਹੈ, ਭਾਵੇਂ ਬ੍ਰਹਮ ਗਿਆਨ ਦੇ ਨੇੜੇ ਵੀ ਨਾ ਕੋਈ ਲੰਘਿਆ ਹੋਵੇ। ਸੰਤਾਂ ਦਾ ਬਚਨ ਯਾਦ ਆ ਗਿਆ, ਆਪਾਂ 550 ਸਾਲਾਂ ਸ੍ਰੀ ਸੁਲਤਾਨਪੁਰ ਸਾਹਿਬ ਮਨਾਉਣ ਜਾ ਰਹੇ ਹਾਂ, ਜਿੱਥੇ ਦੀਵਾਨ ਹਾਲ ਬਣਿਆ ਉੱਥੇ ਪਹਿਲਾਂ ਪੁਰਾਣਾ ਦੀਵਾਨ ਹਾਲ ਹੋਇਆ ਕਰਦਾ ਸੀ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਸੀ,
ਲੱਖਾਂ ਹੀ ਸੰਗਤਾਂ ਉਸ ਗੁਰਪੁਰਬ 'ਤੇ ਜੁੜੀਆਂ ਹੋਈਆਂ। ਲਗਾਤਾਰ ਜਥਾ ਇੱਕ ਹਫ਼ਤਾ ਉੱਥੇ ਰਿਹਾ। ਸਟੇਟ ਸੈਕਟਰੀ ਨੇ ਬਚਨ ਕਹਿ ਦਿੱਤਾ, ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ ਮੁਖੀ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਹੁਣ ਤੁਹਾਡੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਕਰਨਗੇ। ਮੰਗਲਾ ਚਰਨ ਤਾਂ ਕੀ ਕਰਨਾ ਸੀ, ਸੰਤ ਖੜ੍ਹੇ ਹੋ ਗਏ। ਸੰਤ ਕਹਿਣ ਲੱਗੇ, ਸੈਕਟਰੀ ਸਾਹਿਬ, ਤੁਹਾਡੇ ਕੋਲ ਕਿਹੜਾ ਥਰਮਾਮੀਟਰ ਹੈ ਜਿਹੜਾ ਤੁਸੀਂ ਇੰਨੀ ਛੇਤੀ ਲਾ ਕੇ ਵੇਖ ਲਿਆ ਕਿ ਮੈਂ ਬ੍ਰਹਮ ਗਿਆਨੀ ਹਾਂ। ਇਹ ਸ਼ਬਦ ਤੁਸੀਂ ਭੁੱਲ ਕੇ ਵੀ ਅੱਗੇ ਵਾਸਤੇ ਕਦੇ ਮੇਰੇ ਲਈ ਨਹੀਂ ਵਰਤਣਾ। ਮੈਂ ਤਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਦਾ ਕੀੜਾ ਵੀ ਨਹੀਂ ਅਜੇ ਤੱਕ ਬਣ ਸਕਿਆ। ਕੀੜਾ ਤੁਸੀਂ ਮੈਨੂੰ ਬ੍ਰਹਮ ਗਿਆਨੀ ਕਹਿ ਕੇ ਨਿਵਾਜ ਦਿੱਤਾ। ਬ੍ਰਹਮ ਗਿਆਨੀ ਹੋਏ ਭਾਈ ਤਾਰੂ ਸਿੰਘ, ਬ੍ਰਹਮ ਗਿਆਨੀ ਹੋਏ ਬਾਬਾ ਦੀਪ ਸਿੰਘ, ਬ੍ਰਹਮ ਗਿਆਨੀ ਹੋਏ ਭਾਈ ਮਨੀ ਸਿੰਘ, ਬ੍ਰਹਮ ਗਿਆਨੀ ਹੋਏ ਭਾਈ ਸੁਵੇਗ ਸਿੰਘ, ਸਾਹਬਾੜ ਸਿੰਘ, ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਬੰਦ ਬੰਦ ਕਟਾ ਕੇ, ਖੋਪਰੇ ਲੁਹਾ ਕੇ, ਆਰਿਆਂ ਨਾਲ ਚੁਰਾ ਕੇ ਦਿੱਤੀਆਂ। ਮੈਂ ਕਿੱਥੋਂ ਦਾ ਬ੍ਰਹਮ ਗਿਆਨੀ ਹੈ? ਅੱਜ ਤੋਂ ਬਾਅਦ ਭੁੱਲ ਕੇ ਮੇਰੇ ਨਾਮ ਨਾਲ ਬ੍ਰਹਮ ਗਿਆਨੀ ਸ਼ਬਦ ਨਹੀਂ ਲਾਉਣਾ। ਇਸ ਗੱਲ ਦੀ ਸੰਗਤ ਕੋਲੋਂ ਖਿਮਾ ਮੰਗੋ। ਸਾਧ ਸੰਗਤ ਜੀ, ਸੈਕਟਰੀ ਸਾਹਿਬ ਨੂੰ ਆਪਣੇ ਕਹੇ ਬੋਲ ਵਾਪਸ ਲੈਣੇ ਪਏ ਅਤੇ ਸਾਧ ਸੰਗਤ ਜੀ, ਉਹਨਾਂ ਦੇ ਬ੍ਰਹਮ ਗਿਆਨ ਵਿੱਚ ਕੋਈ ਕਮੀ ਥੋੜੋ ਸੀ, ਇਹ ਉਹਨਾਂ ਦੀ ਨਿਮਰਤਾ ਸੀ। ਹਿਰਦੇ ਗਿਆਨ ਮੁੱਖ ਭਗਤੀ ਵਰਤਣ ਵੈਰਾਗ। ਬ੍ਰਹਮ ਗਿਆਨੀ ਐਡੇ ਵੱਡੇ ਜਬਰ ਜ਼ੁਲਮ ਦਾ ਟਾਕਰਾ ਕਰ ਸਕਦਾ, ਦੂਜਾ ਕਿੱਥੋਂ ਕਰੇਗਾ? ਆਮ ਵੀ ਇਹ ਬਚਨ ਕਹਿ ਦਿੰਦੇ ਸਨ ਕਈ ਵਾਰੀ ਮਹਾਂਪੁਰਖ, ਕਹਿੰਦੇ ਮੇਰੇ ਆਲੇ ਦੁਆਲੇ ਸਾਰਾ ਜਥਾ ਬੈਠਿਆ ਹੋਵੇ, ਔਰ ਜ਼ਾਲਮ ਕਹਿੰਦੇ ਜਮੂਰਾਂ ਦੇ ਨਾਲ ਮੇਰਾ ਮਾਸ ਖਿੱਚ ਖਿੱਚ ਕੇ, ਨੋਚ ਨੋਚ ਕੇ ਮੈਨੂੰ ਤਸੀਹੇ ਦਿੰਦੇ ਹੋਣ, ਅਤੇ ਮੇਰੇ ਮੂੰਹੋਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸਾਰਾ ਜਥਾ ਸੁਣਦਾ ਹੋਵੇ, ਜੇ ਕਿਤੇ ਐਸਾ ਸਮਾਂ ਆ ਗਿਆ, ਕਹਿੰਦੇ ਇਹੋ ਜਿਹਾ ਆਨੰਦ ਜ਼ਿੰਦਗੀ ਵਿੱਚ ਇਸ ਤੋਂ ਵੱਡਾ ਕੋਈ ਨਜ਼ਾਰਾ ਨਹੀਂ ਹੋਏਗਾ। ਇਹ ਬਚਨ ਉਹ ਆਪਣੇ ਮੁਖਾਰਬਿੰਦ ਤੋਂ ਮੌਜ ਵਿੱਚ ਕਹਿ ਦਿੰਦੇ ਸਨ, ਪਰ ਸਾਧ ਸੰਗਤ ਜੀ ਕਹਾਇਆ ਨਹੀਂ। ਹਿਰਦੇ ਗਿਆਨ ਮੁੱਖ ਭਗਤੀ ਵਰਤਣ ਵੈਰਾਗ, ਹਿਰਦੇ ਵਿੱਚ ਗਿਆਨ, ਮੁੱਖ ਵਿੱਚ ਵਾਹਿਗੁਰੂ ਦੀ ਭਗਤੀ ਵਰਤਣਾ, ਨਿਮਰਤਾ ਭਾਵਨਾ ਨਾਲ ਹੀ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣ ਕੇ ਸੇਵਾ ਕੀਤੀ ਪੰਥ ਦੀ। ਸੋ ਇਸ ਕਰਕੇ ਵਸ਼ਿਸ਼ਠ ਦੇ 100 ਦੇ 100 ਪੁੱਤਰ ਮਾਰ ਦਿੱਤੇ। ਇੱਕ ਦਿਨ ਸ਼ੁਭ ਕਰਮ ਕਰਕੇ ਆਏ, ਕਹਿਣ ਲੱਗੇ, ਆਓ ਜੀ ਬ੍ਰਹਮ ਰਿਸ਼ੀ ਜੀ, ਕਿਵੇਂ ਆਇਓ? ਕਹਿਣ ਲੱਗਾ, ਤੇਰਾ 100 ਪੁੱਤਰ ਮਾਰ ਦਿੱਤਾ, ਤੈਨੂੰ ਅਜੇ ਵੀ ਦੁੱਖ ਨਹੀਂ ਮਨ ਵਿੱਚ ਮਹਿਸੂਸ ਹੋਇਆ? ਕਹਿਣ ਲੱਗੇ, ਕੋਈ ਗੱਲ ਨਹੀਂ, ਉਹਨਾਂ ਦੀ ਪਰਾ ਰੱਬ ਦੋਨਾਂ ਨਾਲ ਸੀ ਰਿਸ਼ੀ ਜੀ। ਸੋ ਸਾਧ ਸੰਗਤ ਜੀ, ਉਹ ਗਾਇਤਰੀ ਮੰਤਰ ਦੀ ਬੜੀ ਸ਼ਕਤੀ ਸੀ ਵਿਸ਼ਵਾਮਿੱਤਰ ਦੇ ਕੋਲੇ। ਗਾਇਤਰੀ ਮੰਤਰ ਦਾ ਰਚੇਤਾ ਵਿਸ਼ਵਾਮਿੱਤਰ ਮੰਨਿਆ, ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖਿਤ ਖਾਤੀ ਥੀ, ਲੇਕਰ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਅੱਜ ਦੇ ਗਿਆਨੀਆਂ ਨੂੰ
ਜਿਹੜੇ ਆ ਨਾਸਤਕ ਜੇ ਇਹਨਾਂ ਨੂੰ ਅਰਥ ਹੀ ਨਹੀਂ ਆਉਂਦੇ ਇਹਨਾਂ ਚੀਜ਼ਾਂ ਦੇ, ਜੇ ਪੜ੍ਹਨਗੇ ਤਾਂ ਦੱਸਣਗੇ ਲੋਧਾ ਭਾਵ ਖਾ ਲਿਆ ਸਾਰਾ ਖੇਤ, ਪੁੱਤਰ ਖਾ ਲਏ ਉਸਨੇ ਮਾਰ ਮਾਰ ਦਿੱਤੇ ਵਿਸ਼ਿਸ਼ਟ ਦੇ, ਉਹ ਟੰਗੜੀ ਤੋੜੀ ਕਿਉਂ, ਉਹਦੀ ਲੱਤ ਕਿਉਂ ਤੋੜੀ, ਭਾਵ ਉਹ ਗਾਇਤਰੀ ਮੰਤਰ ਦੇ ਵਿੱਚੋਂ ਕੁਝ ਮੰਤਰ ਦੇ ਸ਼ਬਦ ਕੱਢ ਕੇ ਉਹਨੂੰ ਖੰਡਿਤ ਕਰ ਦਿੱਤਾ ਸੀ ਵਿਸ਼ਿਸ਼ਟ ਜੀ ਨੇ, ਕਿ ਗਾਇਤਰੀ ਮੰਤਰ ਪੜ੍ਹ ਕੇ ਹੋਰ ਨਾ ਕੋਈ ਲੋਕਾਂ ਦੇ ਉੱਤੇ ਜ਼ੁਲਮ ਕਰਨ ਲੱਗ ਪਵੇ, ਇਸ ਕਰਕੇ ਉਹਦਾ ਮੰਤਰ ਖੰਡਿਤ ਕੀਤਾ। ਤਾਂ ਕਰਕੇ ਵੀ ਇਹ ਅੱਗੇ ਨੂੰ ਕੋਈ ਇਸ ਤਰ੍ਹਾਂ ਦਾ ਪ੍ਰਯੋਗ ਨਾ ਕਰੇ ਲੋਕਾਂ ਦੇ ਉੱਤੇ, ਵੀ ਪਾਪ ਕਰੀ ਜਾਏ ਅਤੇ ਆਪਣੇ ਪਾਪ ਧੋਈ ਜਾਵੇ, ਨਾਲ ਨਾਲ ਹਿਸਾਬ ਦੇਣਾ ਨਾ ਪਵੇ। ਤੋ ਇਸ ਕਰਕੇ ਗਾਇਤਰੀ ਖੰਡਿਤ ਕੀਤੀ ਹੋਈ ਹੈ, ਪੂਰੀ ਨਹੀਂ ਹੈ, ਸੰਪੂਰਨ ਨਹੀਂ ਹੈ। ਇਉਂ ਬ੍ਰਾਹਮਣ ਕਹਿੰਦੇ ਹੈ ਵੀ ਨਿੱਤ ਕਰਮ ਦੇ ਵਿੱਚ ਸੂਰਜ ਨੂੰ ਪਾਣੀ ਦੇਣਾ ਔਰ ਗਾਇਤਰੀ ਮੰਤਰ ਦਾ ਜਪ ਕਰਨਾ। ਸੰਧਿਆ ਪੂਜਾ ਦੇਹ ਪਵਿੱਤਰੀ, ਸੰਧਿਆ ਤ੍ਰੈ ਕਾਲ ਦੀ ਹੁੰਦੀ ਹੈ, ਸੂਰਜ ਚੜ੍ਹਨ ਸਾਰੀ ਦੇਵਤੇ ਦੀ ਪੂਜਾ ਆਰਤੀ ਦੁਆਰਾ ਕਰਨੀ, ਮਧਿਆਨ ਦਿਨ ਦਾ ਵਿਚਕਾਰਲਾ ਸਮਾਂ 12 ਵਜੇ ਦਾ, ਸ਼ਾਮ ਦਾ, ਇਉਂ 3 ਵਕਤ ਆਪਣੇ ਦੇਵਤੇ ਦੀ ਆਰਤੀ ਕਰਨੀ, ਫਿਰ ਪੂਜਾ ਕਰਨੀ ਔਰ ਦੇਹ ਨੂੰ ਪਵਿੱਤਰ ਰੱਖਣਾ, ਇਸ਼ਨਾਨ ਆਦਿ ਕਰਕੇ ਹਮੇਸ਼ਾ ਕਰਮ ਨਮਿਤ ਸਰਾਧ ਰੱਖਿਆ ਹੋ। ਔਰ ਨਮਿਤ ਕਰਮ ਨਿਤ ਹੁੰਦੇ ਆ, ਰੋਜ਼ ਕਰਨ ਵਾਲੇ ਨਮਿਤ ਹੁੰਦੇ ਆ ਖਾਸ ਸਮੇਂ 'ਤੇ, ਸਰਾਧ, ਸਰਾਧ ਪੱਖ ਆਉਂਦਾ ਨਾ ਪਿਤਰਾਂ ਦੇ ਨਮਿਤ, ਕਹਿੰਦੇ ਵੀ ਸਰਾਧ ਦਿਓ ਬ੍ਰਾਹਮਣਾਂ ਨੂੰ, ਖੀਰ ਕੜਾ, ਭੋਜਨ ਛਕਾਓ, ਵਸਤਰ ਦਿਓ, ਜਿਹੜੇ ਪ੍ਰਾਣੀ ਚੜ੍ਹਾਈ ਕਰ ਗਏ ਉਹਨਾਂ ਦੇ ਭਲੇ ਵਾਸਤੇ। ਖਿਆ ਜਿਸ ਦਿਨ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ, ਸਾਲ ਬਾਅਦ ਉਸ ਦਾ ਉਸ ਦਿਨ ਉਹਦੇ ਨਿਮਿੱਤ ਕੋਈ ਦਾਨ ਪੁੰਨ ਆਦਿ ਕਰਨਾ। ਪੰਡ ਪਤਲ ਦਸ ਗਾਤਰ ਜੇ ਆਹੋ, ਪਿੰਡ ਭਰਾਉਣੇ ਪਿਤਰਾਂ ਦੇ ਨਿਮਿੱਤ ਪਤਲਾਂ ਦੇਣੀਆਂ ਭੋਜਨ ਆਦਿਕ ਦੀਆਂ। ਦਸ ਗਾਤਰ ਸਾਧ ਸੰਗਤ ਜੀ, ਇੱਕ ਕਰਮ ਹੁੰਦਾ ਜਿਹੜਾ ਮਰੇ ਪ੍ਰਾਣੀ ਦੇ ਨਿਮਿੱਤ 10 ਦਿਨ ਚੱਲਦਾ ਰਹਿੰਦਾ, ਬ੍ਰਾਹਮਣ ਲੋਕ ਕਰਦੇ ਹੈ। ਜੋ ਗਿਆਨੀ ਸੋ ਅਪਰ ਬਖਾਨੇ, ਮਹਾਰਾਜ ਕਰਮ ਕਾਂਡੀ ਤਾਂ ਕਹਿੰਦੇ ਵੀ ਇਹ ਕੀਤਿਆਂ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਇਹ ਹਰ ਪ੍ਰਾਣੀ ਨੂੰ ਕਰਨਾ ਪਵੇਗਾ, ਇਹ ਸਤਿਗੁਰੂ ਜੀ ਨੂੰ ਕਹਿ ਰਹੇ ਹੈ। ਪਰ ਜਿਹੜੇ ਗਿਆਨੀ ਹੈ, ਵੇਦਾਂਤੀ ਹੈ ਜਿਹੜੇ, ਉਹ ਇਸ ਦੀ ਵਿਆਖਿਆ ਹੋਰ ਤਰ੍ਹਾਂ ਕਰਦੇ ਹੈ। ਕਰਮ ਸਹਿਤ ਤਨ ਮਿਥਿਆ ਮਾਨੇ, ਵੇਦਾਂਤੀ ਜਿਹੜੇ ਗਿਆਨੀ ਹੈ ਨਾ, ਉਹ ਕਹਿੰਦੇ ਆ ਕਰਮ ਕਰਨੇ ਵੀ ਮਿਥਿਆ ਅਤੇ ਦੇਹ ਵੀ ਮਿਥਿਆ, ਉਹ ਦੇਹ ਨੂੰ ਵੀ ਨਾਸਵੰਤ ਸਮਝਦੇ ਆ, ਝੂਠੀ ਹੈ, ਅਤੇ ਕਰਮ ਵੀ, ਜਦੋਂ ਦੇਹ ਹੀ ਨਾਸਵੰਤ ਹੈ ਫਿਰ ਕਰਮ ਸੱਚੇ ਕਿੱਥੋਂ ਰਹਿ ਗਏ, ਉਹ ਦੇਹ ਨੂੰ ਤੇ ਕਰਮਾਂ ਨੂੰ ਮਿਥਿਆ ਵਸਤੂ ਸਮਝਦੇ ਹੈ। ਗਿਆਨ ਬਿਨਾਂ ਗਤ ਪਾਏ ਨਾ ਕੋਈ, ਉਹ ਇਹ ਕਹਿੰਦੇ ਹੈ ਵੀ ਗਿਆਨ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਏਗੀ, ਜਿਵੇਂ ਭਗਵਾਨ ਕ੍ਰਿਸ਼ਨ ਨੇ ਕਿਹਾ ਰਿਤੇ ਗਿਆਨਾਨਾ ਮੋਕਸ਼ੰ, ਗਿਆਨ ਤੋਂ ਬਿਨਾਂ ਜਿਹੜਾ ਰਿਤੇ ਖਾਲੀ ਆ ਉਹਨੂੰ ਮੋਕਸ਼ ਨਹੀਂ ਮਿਲੇਗਾ। ਇਸ ਕਰਕੇ ਕਹਿੰਦੇ ਗਿਆਨੀ ਜਿਹੜੇ ਇਹ ਗੱਲ ਕਹਿੰਦੇ ਹੈ ਵੀ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਵੇਦ ਨੇਮ ਕਰ ਉਚਰੈ ਸੋਈ, ਉਹ ਵੇਦ ਦਾ ਨੇਮ ਇਸ ਤਰ੍ਹਾਂ ਉਚਾਰਨ ਕਰਕੇ ਦੱਸਦੇ ਹੈ
ਕਿ ਵੇਦ ਵੀ ਕਹਿੰਦਾ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੈ, ਕਰਮ ਕਾਂਡੀ ਕਹਿੰਦਾ ਕਰਮ ਕਾਂਡ ਤੋਂ ਬਿਨਾਂ ਮੁਕਤੀ ਨਹੀਂ ਹੈ। ਹਮ ਕਿਸ ਗ੍ਰਹਿਣ ਕਰਾਂ ਹਿਤ ਧਾਰ, ਪਰ ਸਾਨੂੰ ਦੱਸੋ ਅਸੀਂ ਕਿਹੜਾ ਛੱਡੀਏ, ਕਿਹੜਾ ਧਾਰਨ ਕਰੀਏ, ਕਿਹਨੂੰ ਮੰਨੀਏ, ਕਿਹਨੂੰ ਤਿਆਗੀਏ। ਸ੍ਰੀ ਮੁਖ ਤੇ ਤਬ ਕੀਨ ਉਚਾਰ, ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਹੈ, ਸ਼ੰਕਾ ਕੀਤੀ ਹੈ, ਜੋ ਬ੍ਰਾਹਮਣਾਂ ਨੇ ਜੋ ਉਹਨਾਂ ਤੋਂ ਸੁਣਿਆ ਇਹਨਾਂ ਨੇ ਆ ਕੇ ਸਤਿਗੁਰਾਂ ਨੂੰ ਅਰਜ਼ ਕੀਤੀ ਹੈ, ਤਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਗੋਂ ਹੁਕਮ ਕੀਤਾ, ਆਗਿਆ ਕੀਤੀ, ਉੱਤਰ ਦਿੱਤਾ ਹੈ। ਜਿਮ ਦੁਭਾਸ਼ੀਆ ਬੀਚ ਜਹਾਜ਼, ਮਹਾਰਾਜ ਕਹਿੰਦੇ ਜਿਵੇਂ ਜਹਾਜ਼ ਵਿੱਚ ਦੁਭਾਸ਼ੀਆ ਦਲਾਲ ਹੁੰਦੇ ਆ ਵਿਚਾਲੇ, ਜਿਵੇਂ ਹਿੰਦੁਸਤਾਨ ਦਾ ਬੰਦਾ ਬੇੜੇ ਵਿੱਚ ਬੈਠ ਗਿਆ ਪਰ ਉਹਨੇ ਅਰਬ ਕੰਟਰੀ ਦੇ ਵਿੱਚ ਜਾ ਕੇ ਵਪਾਰ ਕਰਨਾ, ਹਿੰਦੁਸਤਾਨੀ ਨੂੰ ਅਰਬੀ ਨਹੀਂ ਆਉਂਦੀ, ਫਿਰ ਵਿਚਾਲੇ ਉਹ ਬੰਦਾ ਹੋਏਗਾ ਜਿਹੜਾ ਹਿੰਦੁਸਤਾਨੀ ਵੀ ਜਾਣਦਾ ਅਤੇ ਅਰਬੀ ਵੀ ਜਾਣਦਾ। ਉਹ ਹਿੰਦੁਸਤਾਨੀ ਦੀ ਸੁਣ ਕੇ ਅਰਬ ਵਾਲੇ ਨੂੰ ਅਰਬੀ ਵਿੱਚ ਦੱਸੇਗਾ ਸਾਰੀ ਗੱਲ, ਅਰਬੀ ਵਾਲੇ ਦੀ ਸੁਣ ਕੇ ਹਿੰਦੁਸਤਾਨੀ ਨੂੰ ਹਿੰਦੁਸਤਾਨੀ ਭਾਸ਼ਾ ਵਿੱਚ ਦੱਸੇਗਾ। ਇਉਂ ਕਹਿੰਦੇ ਜਿਵੇਂ ਦੁਭਾਸ਼ੀਆ ਹੁੰਦਾ ਹੈ ਜਹਾਜ਼ ਵਿੱਚ, ਦੇਤ ਕਰਾਏ ਬਨਜ ਕੋ ਕਾਜ, ਦੋਨੋਂ ਪੱਖਾਂ ਦਾ ਵਪਾਰ ਕਰਾ ਦਿੰਦਾ, ਲੈਣ ਦੇਣ ਕਰਾ ਦਿੰਦਾ ਇੱਕ ਦੂਜੇ ਦਾ, ਇੱਕ ਦੂਜੇ ਦੀ ਬੋਲੀ ਵਿੱਚ ਸਮਝਾ ਕੇ। ਤਿਮ ਸਤਨਾਮ ਮਹਾ ਅਭਿਰਾਮ, ਮਹਾਰਾਜ ਕਹਿੰਦੇ ਇਵੇਂ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਬਹੁਤ ਸੁੰਦਰ ਤੋਂ ਸੁੰਦਰ ਹੈ, ਪਿਆਰਾ ਹੈ। ਦੋਨੋਂ ਕੋ ਗਤ ਦੇ ਸੁਖ ਧਾਮ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਕੋਈ ਕਰਮ ਕਾਂਡੀ ਹੈ ਜੇ ਉਹ ਵੀ ਨਾਮ ਜਪੇਗਾ ਨਾ, ਉਹਨੂੰ ਵੀ ਸੁੱਖਾਂ ਦਾ ਘਰ ਮਿਲ ਜਾਏਗਾ, ਉਹਦੀ ਵੀ ਕਲਿਆਣ ਹੋ ਜਾਏਗੀ। ਕਰਮ ਕਾਂਡੀ ਦੀ ਵੀ ਜੇ ਨਾਮ ਜਪਦਾ ਹੈ, ਗਿਆਨੀ ਕੇ ਨਿਤ ਹੋਏ ਸਹਾਏ, ਗਿਆਨਵਾਨ ਜੇ ਨਾਮ ਦਾ ਅਭਿਆਸ ਕਰਦਾ ਤਾਂ ਨਾਮ ਉਹਦੀ ਵੀ ਸਹਾਇਤਾ ਕਰਦਾ। ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਿਵਾਰ, ਬ੍ਰਹਮ ਗਿਆਨੀ ਨੂੰ ਵੀ ਨਾਮ ਦਾ ਆਸਰਾ, ਨਾਮ ਤੋਂ ਬਿਨਾਂ ਉਹਦੀ ਬਿਰਤੀ ਸਾਧ ਸੰਗਤ ਜੀ ਸਥਿਰ ਨਹੀਂ ਰਹਿ ਸਕਦੀ। ਇਸ ਕਰਕੇ ਬ੍ਰਹਮ ਗਿਆਨੀ ਗਿਆਨੀ ਦਾ ਵੀ ਨਾਮ ਸਹਾਇਕ ਹੈ। ਦ੍ਰਿੜ ਰਾਖਤ ਹੈ ਗਿਆਨ ਬਣਾਏ, ਉਹ ਜਿਹੜੀ ਅਵਸਥਾ ਬਣੀ ਹੁੰਦੀ ਹੈ ਨਾ ਗਿਆਨਵਾਨਾਂ ਦੀ, ਮਹਾਂਪੁਰਖ ਕਿਹਾ ਕਰਦੇ ਸਨ ਵੱਡੇ ਵੀ ਸਿਥਲ ਪੈ ਜਾਂਦੀ ਹੈ, ਸਿਥਲ ਦਾ ਅਰਥ ਹੁੰਦਾ ਢਿੱਲੀ ਪੈ ਜਾਣੀ, ਉਹ ਲਿਵ ਨਾ ਲੱਗੀ ਰਹਿਣੀ ਜਿਹੜੀ ਐਨ ਪੂਰਨ ਰੂਪ ਦੇ ਵਿੱਚ ਲੱਗਦੀ ਹੈ ਨਾਮ ਤੋਂ ਬਿਨਾਂ। ਵਾਹਿਗੁਰੂ ਗੁਰਮੰਤਰ ਤੋਂ, ਮੂਲ ਮੰਤਰ ਤੋਂ ਬਿਨਾਂ ਕਹਿੰਦੇ ਗਿਆਨਵਾਨ ਗਿਆਨਾਂ ਗਿਆਨੀਆਂ ਵਾਲੀ ਅਵਸਥਾ ਤਾਂ ਹਾਸਲ ਕਰ ਲਏਗਾ ਪਰ ਉਹਨੂੰ ਸਥਿਰ ਕਿਵੇਂ ਰੱਖੇਗਾ, ਅਡੋਲ ਕਿਵੇਂ ਰੱਖੇਗਾ, ਟਿਕਾ ਕੇ ਕਿਵੇਂ ਰੱਖੇਗਾ, ਉਹਦਾ ਸਾਧਨ ਹੈ ਨਾਮ। ਨਾਮ ਗਿਆਨ ਨੂੰ ਦ੍ਰਿੜ ਬਣਾ ਕੇ ਰੱਖਦਾ ਹੈ ਗਿਆਨੀ ਦੇ ਹਿਰਦੇ ਵਿੱਚ। ਅਹੰ ਬ੍ਰਹਮ ਇਹ ਬ੍ਰਿਤ ਸਦੀਵਾ, ਗਿਆਨੀ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਾਲੀ ਇਹ ਬਿਰਤੀ ਸਦਾ ਹੈ ਕਿ ਮੈਂ ਬ੍ਰਹਮ ਵਾਹਿਗੁਰੂ ਦਾ ਸਰੂਪ ਹੈ, ਇਹ ਬਿਰਤੀ ਉਹਦੀ ਨਾਮ ਦੇ ਆਸਰੇ ਬਣੀ ਰਹੇਗੀ, ਨਹੀਂ ਰਹਿੰਦੀ ਹੈ। ਬਿਸਰ ਨ ਦੇਤ ਪਰ ਪੱਕਾ ਥੀਵਾ, ਆਪਣੇ ਸਰੂਪ ਨੂੰ ਪਰਮੇਸ਼ਰ ਦੀ ਯਾਦ ਨੂੰ, ਆਪਣਾ ਸਰੂਪ ਕੀ ਹੈ ਪਰਮੇਸ਼ਰ, ਆਪਣਾ ਸਰੂਪ ਸਤਚਿਤ ਆਨੰਦ ਉਹਨੂੰ ਭੁੱਲਣ ਨਹੀਂ ਦਿੰਦਾ, ਨਾਮ ਅਵਸਥਾ ਨੂੰ ਪਰਪੱਕ ਕਰ ਦਿੰਦਾ ਹੈ। ਕਰਮ ਕਾਂਡੀ ਕੋ ਕਰ ਨਿਸ਼ਕਾਮ, ਉਹ ਗਿਆਨੀ ਦਾ ਵੀ ਨਾਮ ਭਲਾ ਕਰ ਦਿੰਦਾ, ਉਹਦੇ ਉੱਤੇ ਵੀ ਬਖਸ਼ਿਸ਼ ਕਰਦਾ,
ਅਤੇ ਜਿਹੜਾ ਕਰਮ ਕਾਂਡੀ ਹੈ, ਕਰਮ ਕਾਂਡ ਕਰਨ ਵਾਲਾ ਉਹਦੇ ਹਿਰਦੇ ਨੂੰ ਨਿਸ਼ਕਾਮ ਕਾਮਨਾ ਤੋਂ ਰਹਿਤ ਉਹ ਕਰ ਦਿੰਦਾ। ਦਾਨ ਪੁੰਨ ਪੂਜਾ ਜਪ ਕਰਮ ਕਾਂਡੀ ਉਹਦਾ ਫਲ ਰੱਖਣ, ਫਲ ਦੀ ਇੱਛਾ ਰੱਖ ਕੇ ਕਰਦਾ ਨਾ ਵੀ ਮੈਨੂੰ ਆਹ ਮਿਲੇ ਆਹ ਮਿਲੇ, ਪਰ ਨਾਮ ਜਪਣ ਵਾਲੇ ਦਾ ਮਨ ਨਿਸ਼ਕਾਮ ਹੋ ਜਾਂਦਾ, ਕਾਮਨਾਵਾਂ ਤੋਂ ਰਹਿਤ ਹੋ ਜਾਂਦਾ ਹੈ। ਅੰਤਕਰਨ ਬਿਮਲ ਅਬਿਰਾਮ, ਹਿਰਦਾ ਅੰਤਕਰਨ ਬਿਲਕੁਲ ਬਿਮਲ ਮੈਲ ਤੋਂ ਰਹਿਤ ਅਤੇ ਸਾਧ ਸੰਗਤ ਜੀ ਨਿਰਮਲ ਹੋ ਜਾਂਦਾ ਹੈ। ਸਾਰੇ ਅੰਤਕਰਨ ਦੀਆਂ ਮੈਲਾਂ ਨਾਮ ਦੂਰ ਕਰ ਦਿੰਦਾ ਹੈ। ਬਹੁਰ ਗਿਆਨ ਕੀ ਪ੍ਰਾਪਤ ਕਰ, ਜਦੋਂ ਕਾਮਨਾ ਇੱਛਾ ਹੀ ਨਹੀਂ ਰਹੀ ਫੇਰ ਗਿਆਨ ਦੀ ਪ੍ਰਾਪਤੀ ਨਾਮ ਕਰਾ ਦਿੰਦਾ ਹੈ। ਸ਼ਕਤ ਵਿਸ਼ਾਲ ਨਾਮ ਪ੍ਰਭ ਧਰੈ, ਪ੍ਰਭੂ ਦੇ ਨਾਮ ਵਿੱਚ ਬਹੁਤ ਵੱਡੀ ਸ਼ਕਤੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਕਰਮ ਕਾਂਡੀ ਦੀ ਵੀ ਗਿਆਨੀ ਦੀ ਵੀ ਨਾਮ ਹੀ ਕਲਿਆਣ ਕਰਦਾ ਹੈ। ਤਾਂ ਤੇ ਤੁਮ ਹੋ ਵਾਹਿਗੁਰੂ ਨਾਮ, ਤੇ ਇਸ ਕਰਕੇ ਤੁਸੀਂ ਨਾਮ ਕਿਹੜਾ ਵਾਹਿਗੁਰੂ, ਆ ਕਈ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੈ, ਕੋਈ ਹੋਰ ਤਰ੍ਹਾਂ ਜਪੀ ਜਾਂਦਾ ਆਪਣੀ ਮਨ ਦੀ ਮਤ ਨਾਲ। ਭਸੌੜੀਆਂ ਨੇ ਹਾਹੇ ਨੂੰ ਸਿਹਾਰੀ ਲਾ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰਾਤਾ ਸੀ ਸਾਧ ਸੰਗਤ ਜੀ, ਪਰ ਅਸਲੀ ਗੁਰਮੰਤਰ ਵਾਹਿਗੁਰੂ ਹੈ। ਵਾਵੇ ਨੂੰ ਕੰਨਾ, ਹਾਹੇ ਨੂੰ ਸਿਹਾਰੀ, ਗੱਗੇ ਨੂੰ ਔਂਕੜ, ਰਾਰੇ ਨੂੰ ਦਲੈਂਕੜ, ਇਹ ਵਾਹਿਗੁਰੂ ਨਾਮ ਗੁਰਮੰਤਰ ਦਿੱਤਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਵਾਹਿਗੁਰੂ ਜਿਹੜਾ ਅਸਲੀ ਨਾਮ ਹੈ, ਸਿਮਰਨ ਕਰੋ ਲਹੋ ਸੁਖ ਧਾਮ, ਆਖੋ ਭਾਈ ਵਾਹਿਗੁਰੂ, ਸਾਰੇ ਇਸ ਵਾਹਿਗੁਰੂ ਨਾਮ ਦਾ ਸਿਮਰਨ ਕਰਿਆ ਕਰੋ, ਤੁਹਾਨੂੰ ਸੁਖਾਂ ਦਾ ਘਰ ਸੱਚਖੰਡ ਪ੍ਰਾਪਤ ਹੋਏਗਾ। ਸੁਣ ਤਿੰਨ ਗੁਰ ਤੇ ਨਾਮ ਸੰਭਾਰਾ, ਇਹਨਾਂ ਗੁਰਸਿੱਖਾਂ ਨੇ ਸਤਿਗੁਰਾਂ ਤੋਂ ਨਾਮ ਦੀ ਦਾਤ ਲੈ ਕੇ ਨਾਮ ਦੀ ਸੰਭਾਲ ਕੀਤੀ। ਸੰਭਾਲਣਾ ਕੀ, ਬਾਰ ਬਾਰ ਅਭਿਆਸ ਕਰਨਾ ਜਪਣਾ। ਅੰਤ ਪਰਮ ਪਦ ਲਹਿਓ ਸੁਖਾਰਾ, ਅੰਤ ਨੂੰ ਸੁਖੀ ਹੋ ਗਏ, ਪਰਮ ਪਦ ਵੀ ਮੁਕਤੀ ਲੈ ਲਈ ਸਤਿਗੁਰਾਂ ਦੀ ਕਿਰਪਾ ਨਾਲ। ਇੱਕ ਗੜੀਅਲ ਅਰ ਮਥੁਰਾ ਦਾਸ, ਅਗਲਾ ਪ੍ਰਸੰਗ ਚੱਲਿਆ ਜੀ ਹੁਣ, ਇੱਕ ਭਾਈ ਗੜੀਅਲ ਔਰ ਦੂਜਾ ਮਥੁਰਾ ਦਾਸ, ਆਏ ਦਰਸ ਕੀਨੋ ਗੁਰ ਪਾਸ, ਧੰਨ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਆਏ, ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਢੋਵੈ ਪੋਟ ਕਿਰਤ ਇਹ ਧਰੈ, ਕਿਰਤ ਕੀ ਕਰਦੇ ਆ, ਲੋਕਾਂ ਦੀਆਂ ਪੰਡਾਂ ਢੋਂਦੇ ਆ, ਸਮਾਨ ਦੀਆਂ ਪੰਡਾਂ ਢੋਣੀਆਂ, ਜੋ ਮਜ਼ਦੂਰੀ ਮਿਲਣੀ ਉਸ ਨਾਲ ਗੁਜ਼ਾਰਾ ਚਲਾਉਣਾ, ਇਉਂ ਪੰਡਾਂ ਢੋਣ ਦਾ ਕੰਮ ਕਰਦੇ ਆ, ਇਹੀ ਕਿਰਤ ਹੈ ਇਹਨਾਂ ਗਰੀਬ ਸਿੱਖਾਂ ਦੀ। ਗੁਰਸਿੱਖੀ ਕੋ ਧਾਰਨ ਕਰ, ਪਰ ਗੁਰਸਿੱਖੀ ਨੂੰ ਇਹਨਾਂ ਨੇ ਧਾਰਨ ਕੀਤਾ ਹੋਇਆ ਹੈ। ਸੁਤ ਬਨਤਾ ਜੁਤ ਸਿੱਖਣ ਸੇਵਾ, ਪੁੱਤਰ ਵੀ ਇਸਤਰੀ ਵੀ ਸਾਰਾ ਪਰਿਵਾਰ ਸਿੱਖਾਂ ਦੀ, ਜੋ ਸੰਗਤ ਆਉਂਦੀ ਸਿੱਖ ਆਉਂਦੇ ਉਹਨਾਂ ਦੀ ਸੇਵਾ ਕਰਦੇ ਆ। ਜਥਾ ਸ਼ਕਤ ਭੋਜਨ ਪਟ ਦੇਵਾ, ਆਏ ਸਿੱਖਾਂ ਨੂੰ ਜਿੰਨੀ ਕੁ ਸਮਰੱਥਾ, ਸ਼ਕਤੀ ਦਾ ਅਰਥ ਹੁੰਦਾ ਸਮਰੱਥਾ ਅਨੁਸਾਰ, ਦਾਨ ਉਨਾ ਕਰਨਾ ਜਿੰਨੀ ਸਮਰੱਥਾ, ਭੋਜਨ ਵੀ ਛਕਾਉਂਦੇ ਆ, ਵਸਤਰ ਵੀ ਦਿੰਦੇ ਆ। ਨਿਜ ਕੁਟੰਬ ਸੋ ਕਹਿਓ ਬਣਾਈ, ਆਪਣੇ ਪਰਿਵਾਰ ਨੂੰ ਵੀ ਕਹਿ ਕੇ ਪੱਕੀ ਤਾਕੀਦ ਕੀਤੀ ਹੋਈ ਹੈ, ਆਪਣੇ ਪਰਿਵਾਰ ਨੂੰ ਇਹ ਪਾਠ ਪੜਾਇਆ ਹੋਇਆ, ਸਿੱਖਿਆ ਦਿੱਤੀ ਹੋਈ ਹੈ ਇਹਨਾਂ ਨੇ ਪੱਕੇ ਰੂਪ ਵਿੱਚ। ਹਮ ਪੀਛੇ ਜੇ ਕੋ ਸਿੱਖ ਆਈ, ਕਹਿੰਦੇ ਜੇ ਅਸੀਂ ਘਰ ਵਿੱਚ ਨਹੀਂ ਨਾ, ਸਾਡੇ ਤੋਂ ਬਾਅਦ ਕੋਈ ਵੀ ਸਿੱਖ ਘਰ ਵਿੱਚ ਆ ਜਾਵੇ, ਜਿਮ
ਹਮ ਸੇਵੈ ਤਿਮ ਤੁਮ ਸੇਵਾ। ਸਾਰੇ ਪਰਿਵਾਰ ਨੇ ਗੁਰੂ ਕਾ ਰੂਪ ਜਾਣ ਕੇ ਜਿਵੇਂ ਅਸੀਂ ਸੇਵਾ ਕਰਦੇ ਹੋ ਆਏ ਸਿੱਖਾਂ ਦੀ ਉਵੇਂ ਸੇਵਾ ਕਰਨੀ ਹੈ। ਭੋਜਨ ਬਸਨ ਦੇਖ ਕਰ ਦੇਵਾ, ਭੋਜਨ ਵੀ ਛਕਾਉਣਾ ਸਿੱਖਾਂ ਨੂੰ ਪ੍ਰੇਮ ਨਾਲ ਸ਼ਰਧਾ ਨਾਲ, ਤੇ ਬਸਤਰ ਵੀ ਦੇਣੇ ਹੈ। ਇਹੋ ਜਿਹੀ ਗੱਲ ਨਹੀਂ ਮਨ ਵਿੱਚ ਰੱਖਣੀ, ਆਉਂਦੇ ਜਾਂਦੇ ਸਿੱਖ ਨਾਲ ਪ੍ਰੇਮ ਰੱਖੀਏ, ਪਾਣੀ ਮੰਗੇ ਤਾਂ ਕੂਆ ਦੱਸੀਏ, ਆਉਂਦੇ ਜਾਂਦੇ ਸਿੱਖ ਨਾਲ ਪ੍ਰੇਮ ਰੱਖੀਏ, ਬਾਟਾ ਮੰਗੇ ਤਾਂ ਘੜੂਆਂ ਦੱਸੀਏ। ਇਹੋ ਜਿਹਾ ਪ੍ਰੇਮ ਨਹੀਂ ਰੱਖਣਾ ਕਿ ਜੇ ਸਿੱਖ ਪਾਣੀ ਮੰਗਦਾ ਵੀ ਪਾਣੀ ਪਿਆ ਦਿਉ, ਉਹ ਟੂਟੀ ਚੱਲਦੀ ਉੱਥੋਂ ਪੀ ਲੈ, ਬੰਬੀ ਤੋਂ ਪੀ ਲੈ ਜਾ ਕੇ। ਜੇ ਬਰਤਨ ਮੰਗ ਲਿਆ ਜਾਂ ਬਰਤਨਾਂ ਦੀ ਦੁਕਾਨ ਤੋਂ ਖਰੀਦ ਲਿਆ, ਘੜੂਏ ਨਗਰ ਵਿੱਚ ਬਾਟੇ ਬਣਦੇ ਸਨ ਨਾ ਬਹੁਤ ਜ਼ਿਆਦਾ, ਸਰਬਲੋਹ ਦੇ ਅੱਜ ਕੱਲ੍ਹ ਵੀ, ਕਹਿੰਦੇ ਇਹੋ ਜਿਹਾ ਪ੍ਰੇਮ ਨਹੀਂ ਹੋਣਾ ਚਾਹੀਦਾ। ਸਿੱਖ ਘਰ ਵਿੱਚ ਆ ਜਾਏ, ਪਰਿਵਾਰ ਨੂੰ ਸ਼ੁਭ ਸਿੱਖਿਆ ਦਿੱਤੀ ਹੈ, ਭੋਜਨ ਵੀ ਛਕਾਉਣਾ ਬਸਤਰ ਵੀ ਦੇਣੇ ਹੈ। ਤਬ ਸਿੱਖਨ ਗਨ ਤਬ ਸਿੱਖਨ ਗਨ ਗੁਰ ਕੇ ਪਾਸ। ਜਿਹਨਾਂ ਸਿੱਖਾਂ ਦੀ ਸੇਵਾ ਹੋਈ, ਜਿਹੜੀਆਂ ਸੰਗਤਾਂ ਦੀ ਸੇਵਾ ਪਰਿਵਾਰ ਅਤੇ ਇਹਨਾਂ ਗੁਰਸਿੱਖਾਂ ਨੇ ਕੀਤੀ ਨਾ, ਉਹਨਾਂ ਸਿੱਖਾਂ ਨੇ ਮਿਲ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਕੇ, ਦੋਨੋਂ ਕੋ ਕੀਏ ਸੋ ਜਸ ਪ੍ਰਕਾਸ਼, ਭਾਈ ਮਥੁਰਾ ਦਾਸ ਅਤੇ ਗੜੀਅਲ ਦਾ ਜਸ ਕੀਤਾ ਮਹਾਰਾਜ ਅੱਗੇ ਸੱਚੇ ਪਾਤਸ਼ਾਹ। ਇਹ ਦੋ ਸਿੱਖ ਐਸੇ ਮਹਾਨ ਹੈ, ਬੜੀ ਗਰੀਬੀ ਵਿੱਚ ਪੰਡਾ ਢੋ ਕੇ ਗੁਜ਼ਾਰਾ ਕਰਦੇ ਹੈ, ਪਰ ਆਉਂਦੀ ਜਾਂਦੀ ਸੰਗਤ ਦੀ ਬੜੀ ਸ਼ਰਧਾ ਨਾਲ ਸੇਵਾ ਕਰਦੇ ਹੈ। ਇਹਨਾਂ ਦੀ ਮਹਿਮਾ, ਇਹਨਾਂ ਦੀ ਸੇਵਾ ਦਾ ਵਰਣਨ ਕੀਤਾ ਸਤਿਗੁਰਾਂ ਨੂੰ ਦੱਸਿਆ, ਸੇਵਾ ਕੇ ਰੰਗ ਮਹਿ ਇਹ ਰਾਤੇ। ਇਹ ਸਾਰਾ ਪਰਿਵਾਰ ਹੀ ਮਹਾਰਾਜ ਸੇਵਾ ਦੇ ਰੰਗ ਵਿੱਚ ਰੰਗਿਆ ਹੋਇਆ, ਇਹ ਨਹੀਂ ਸਿੰਘ ਵਿਚਾਰਾ ਸੇਵਾ ਦੇ ਰੰਗ ਵਿੱਚ ਰੰਗਿਆ, ਘਰ ਵਾਲੀ ਗਾਲੇ ਕੱਢੀ ਜਾਵੇ ਆਉਂਦਿਆਂ ਨੂੰ, ਜਾਂ ਬੱਚੇ ਪਿੱਠ ਕਰਕੇ ਖੜ ਜਾਣ, ਆਏ ਗਏ ਦਾ ਸਤਿਕਾਰ ਨਾ ਕਰਨ। ਘਰ ਵਾਲੀ ਸੇਵਾ ਕਰਦੀ ਹੈ, ਸਿੱਖ ਡੰਡਾ ਲੈ ਕੇ ਮਗਰ ਪੈ ਜਾਵੇ, ਚਲੋ ਬਾਹਰ ਨਿਕਲੋ, ਇਹ ਨਹੀਂ ਗੱਲ। ਸਾਰਾ ਪਰਿਵਾਰ ਹੀ ਕਿ ਸਾਰਾ ਪਰਿਵਾਰ ਹੀ ਮਹਾਰਾਜ ਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ, ਸੇਵਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਤੁਮ ਸਮ ਲਖੈ ਜੋ ਸਿੱਖ ਘਰ ਜਾਤੇ। ਆਖੋ ਭਾਈ ਵਾਹਿਗੁਰੂ, ਮਹਾਰਾਜ ਜਿਹੜਾ ਸਿੱਖ ਇਹਨਾਂ ਦੇ ਘਰ ਜਾਂਦਾ ਨਾ, ਸਿੱਖ ਨੂੰ ਤੁਹਾਡਾ ਰੂਪ ਜਾਣ ਕੇ ਸੇਵਾ ਕਰਦੇ ਹੈ ਕਿ ਸਤਿਗੁਰੂ ਦਾ ਰੂਪ ਸਮਝ ਕੇ ਆਏ ਸਿੱਖਾਂ ਦਾ ਸਨਮਾਨ ਕਰਦੇ ਹਨ। ਸੁਣ ਬਹੁ ਖੁਸ਼ੀ ਕੀਨ ਤਿਸ ਕਾਲ। ਇਹਨਾਂ ਦੀ ਸੇਵਾ ਭਾਵਨਾ, ਇਹਨਾਂ ਦੀ ਸੇਵਾ ਸੁਣ ਕੇ ਸਤਿਗੁਰੂ ਜੀ ਨੇ ਇਹਨਾਂ ਸਿੱਖਾਂ ਉੱਤੇ ਬੜੀਆਂ ਖੁਸ਼ੀਆਂ ਕੀਤੀਆਂ, ਪ੍ਰਸੰਨਤਾ ਕੀਤੀ। ਜਨਮ ਮਰਨ ਤਜ ਭਏ ਨਿਹਾਲ। ਮਹਾਰਾਜ ਕਹਿਣ ਲੱਗੇ ਜਦੋਂ ਇਹ ਆਏ ਦਰਸ਼ਨ ਕਰਨ ਸਿੱਖੋ, ਤੁਸੀਂ ਨਿਹਾਲ ਨਿਹਾਲ ਨਿਹਾਲ, ਤੁਹਾਡਾ ਜੰਮਣ ਮਰਨ ਕੱਟਿਆ ਗਿਆ, ਤੁਸੀਂ ਮੁਕਤੀ ਪ੍ਰਾਪਤ ਕਰ ਲਈ, ਤੁਸੀਂ ਮੇਰੇ ਸਿੱਖਾਂ ਨੂੰ ਸੰਗਤ ਨੂੰ ਮੇਰਾ ਰੂਪ ਜਾਣ ਕੇ ਸੇਵਾ ਕੀਤੀ, ਤੁਸੀਂ ਧੰਨ ਹੋ, ਧੰਨ ਹੋ ਗੁਰਸਿੱਖੋ, ਤੁਸੀਂ ਧੰਨ ਹੋ। ਇਹ ਜਸ ਸਤਿਗੁਰੂ ਜੀ ਨੇ ਉਹਨਾਂ ਦਾ ਆਪਣੇ ਮੁਖਾਰ ਬਿੰਦ ਤੋਂ ਆਪ ਕੀਤਾ ਹੈ, ਇਹ ਸੇਵਾ ਦਾ ਮਾਣ ਹੈ ਗੁਰਸੰਗਤ ਜੀ। ਸਕਲ ਸ਼ਕਤ ਜੋਤ ਤਤ ਸ਼ਿਨ ਭਏ। ਮਹਾਰਾਜ ਜੀ ਨੇ ਐਸੀ ਕਿਰਪਾ ਕਰ ਦਿੱਤੀ ਨਾ, ਸੇਵਾ ਕਰਕੇ ਸਾਰੀਆਂ ਸ਼ਕਤੀਆਂ ਇਹਨਾਂ ਦੇ ਹਿਰਦੇ ਵਿੱਚ ਪ੍ਰਵੇਸ਼ ਕਰਾ ਤੀਆਂ। ਸ਼ਕਤੀਵਾਨ ਕਰਾ ਮਾਤੀਏ ਸਿੱਖ, ਇਹਨਾਂ ਨੂੰ ਬਣਾ ਦਿੱਤਾ ਭਾਵ ਨੌ ਨਿਧੀਆਂ 18 ਸਿੱਧੀਆਂ ਇਹਨਾਂ ਦੇ ਅਧੀਨ ਕਰ ਦਿੱਤੀਆਂ।
ਸਾਰੀਆਂ ਸ਼ਕਤੀਆਂ ਇਹਨਾਂ ਦੇ ਇੱਕ ਛਿਨ ਵਿੱਚ ਹਿਰਦੇ ਵਿੱਚ ਪ੍ਰਗਟ ਹੋ ਗਈਆਂ। ਅੰਤ ਪਰਮ ਪਦ ਸੋ ਮਿਲ ਗਏ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ। ਜਦੋਂ ਮਾਤਾ ਸਾਹਿਬ ਦੇਵ ਕੌਰ ਜੀ ਦੇ ਅਸਥਾਨ 'ਤੇ ਨਾਮ ਜਪਦੇ ਸਨ, ਸੰਤਾਂ ਨੇ ਬਚਨ ਆਪ ਸੁਣਾਇਆ ਸੀ ਬਿਆਸੀ ਸਿੰਘਾਂ ਨੂੰ। ਕਹਿੰਦੇ ਇੱਕ ਦਿਨ ਸਾਡੇ ਮਨ ਵਿੱਚ ਫੁਰਨਾ ਹੋਇਆ ਵੀ ਰਿੱਧੀਆਂ ਸਿੱਧੀਆਂ ਨਹੀਂ ਕਦੇ ਵੇਖੀਆਂ, ਕਹਿੰਦੇ ਨਾਮ ਜਪਣ ਵਾਲੇ ਕੋਲ ਬੜੀ ਛੇਤੀ ਆਉਂਦੀਆਂ। ਕਹਿੰਦੇ ਦੂਜੇ ਦਿਨ ਸਿਮਰਨ 'ਚ ਬੈਠਿਆਂ ਸਿੱਧੀਆਂ ਦਾ ਚਮਤਕਾਰ ਪ੍ਰਕਾਸ਼ ਜੇ ਦੇ ਰੂਪ ਵਿੱਚ ਹੋਇਆ। ਕਹਿੰਦੇ ਅਸੀਂ ਧਿਆਨ ਨਾ ਕੀਤਾ, ਜਦੋਂ ਨਿਤਨੇਮ ਕਰਕੇ ਮਨ ਵਿੱਚ ਫੁਰਨਾ ਕੀਤਾ ਵੀ ਲੰਗਰ ਵਿੱਚੋਂ ਪ੍ਰਸ਼ਾਦਾ ਛਕਣਾ, ਜੇ ਅੱਜ ਆਹ ਦਾਲ ਭਾਜਾ ਬਣਿਆ ਹੋਵੇ ਉਹਦੇ ਨਾਲ ਛਕੀਏ, ਉਹੀ ਮਿਲ ਗਿਆ ਜੋ ਫੁਰਨਾ ਕਰਨ ਕਹਿੰਦੇ ਪੂਰਾ ਹੋਈ ਜਾਵੇ। ਕਹਿੰਦੇ ਮਨ ਐਸਾ ਫੁਰਨਿਆਂ ਦੇ ਵਹਿਣ ਵਿੱਚ ਗਿਆ ਨਾ, ਦੂਜੇ ਦਿਨ ਮਨ ਬਾਣੀ ਵਿੱਚ ਹੀ ਨਾ ਜੁੜੇ, ਸਿਮਰਨ ਵਿੱਚ ਹੀ ਨਾ ਜੁੜੇ, ਰਿੱਧ ਸਦਾਵਰਾ ਸਾਧ। ਕਹਿੰਦੇ ਅਰਦਾਸਾਂ ਕੀਤੀਆਂ, ਮਹਾਰਾਜ ਕਿਰਪਾ ਕਰੋ, ਆਪਣੇ ਦਰ ਦਾ, ਆਪਣੇ ਚਰਨਾਂ ਦਾ, ਆਪਣੇ ਨਾਮ ਦਾ ਪ੍ਰੇਮ ਬਖਸ਼ੋ, ਮਹਾਰਾਜ ਇਹਨਾਂ ਨੂੰ ਵਾਪਸ ਲੈ ਲਓ, ਇਹ ਤਾਂ ਦੁੱਖ ਰੂਪ ਹਨ, ਨਾਮੀ ਪੁਰਸ਼ ਦੇ ਰਸਤੇ ਦੀਆਂ ਰੁਕਾਵਟਾਂ ਹਨ, ਰੁਕਾਵਟਾਂ। ਇੰਨਾ ਵੈਰਾਗ ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਸੀ। ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰ ਦਿੰਦੇ ਹੈ, ਸੇਵਾ ਸਿਮਰਨ ਵਾਲਿਆਂ ਨੂੰ ਸੁਤੇ ਦਾਤਾਂ ਬਖਸ਼ ਦਿੰਦੇ ਹਨ, ਸਾਰੀਆਂ ਸ਼ਕਤੀਆਂ ਦੇ ਸਹਿਤ ਇੱਕ ਛਿਨ ਇਹ ਸਿੱਖ ਇੱਕ ਛਿਨ ਵਿੱਚ ਸ਼ਕਤੀਵਾਨ ਹੋ ਗਏ। ਅੰਤ ਨੂੰ ਮਹਾਰਾਜ ਨੇ ਪਰਮ ਪਦਵੀ ਦੇ ਕੇ ਆਪਣੇ ਵਿੱਚ ਮਿਲਾ ਲਿਆ। ਗੰਗਾ ਸਹਿਗਲ ਜੋਧਾ ਮਹਾ, ਬੜਾ ਸ਼ੂਰਵੀਰ ਜੋਧਾ ਸਹਿਗਲ ਜਾਤੀ ਦਾ ਭਾਈ ਗੰਗਾ ਸਿੱਖ ਹੈ। ਆਇਓ ਸ਼੍ਰੀ ਅਰਜਨ ਜੀ ਜਹਾਂ, ਸ਼੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਇਆ ਹੈ। ਵੰਦਨ ਕਰ ਬੈਠਿਓ ਜਬ ਪਾਸ, ਨਮਸਕਾਰ ਕਰਕੇ ਜਦੋਂ ਸਤਿਗੁਰਾਂ ਦੇ ਪਾਸ ਬੈਠ ਗਿਆ ਸੰਗਤ ਵਿੱਚ, ਸ਼੍ਰੀ ਮੁਕਤੇ ਤਬ ਕੀਨ ਪ੍ਰਕਾਸ਼, ਸਤਿਗੁਰੂ ਜੀ ਨੇ ਮੁਖਾਰ ਬਿੰਦ ਤੋਂ, ਪਾਵਨ ਮੁਖਾਰ ਬਿੰਦ ਤੋਂ ਬਚਨ ਕੀਤਾ ਭਾਈ ਗੰਗਾ ਸਹਿਗਲ ਨੂੰ। ਤੁਮ ਮਲੇਸ਼ ਕੇ ਚਾਕਰ ਅਹੋ, ਮਹਾਰਾਜ ਕਹਿੰਦੇ ਭਾਈ ਤੁਸੀਂ ਤਾਂ ਮਲੇਸ਼ ਤੁਰਕਾਂ ਦੇ ਚਾਕਰ ਨੌਕਰ ਬਣ ਕੇ ਰਹਿ ਗਏ, ਇਹ ਕੁਛ ਭਲੀ ਬਾਤ ਨਾ ਲਹੋ, ਇਹ ਚੰਗੀ ਗੱਲ ਨਹੀਂ। ਇਹਨਾਂ ਤੁਰਕਾਂ ਨੇ ਸਿੱਖਾਂ ਤੇ ਗੁਰੂ ਘਰ ਤੇ ਬੜੇ ਅਤਿਆਚਾਰ ਅਤੇ ਜ਼ੁਲਮ ਕਰਨੇ ਐ। ਜੇ ਤੁਮ ਕਹੋ ਜੀਵਕਾ ਨਾਹੀਂ, ਜੇ ਤੁਸੀਂ ਸਵਾਲ ਕਰੋ ਵੀ ਸਾਡੀ ਉਪਜੀਵਿਕਾ ਨਹੀਂ ਚੱਲਦੀ, ਰੋਟੀ ਰਿਜਕ ਨਹੀਂ ਚੱਲਦਾ, ਗੁਜ਼ਾਰਾ ਨਹੀਂ ਚੱਲਦਾ, ਮੁਗਲਾਂ ਦੀ ਫੌਜ ਵਿੱਚ ਨੌਕਰੀ ਕਰਨੀ ਪੈਣੀ ਹੈ। ਰਹੀ ਹੈ ਸ਼੍ਰੀ ਹਰਗੋਬਿੰਦ ਪਾਹੀ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਫਿਰ ਚਾਕਰੀ ਕਰ ਲਿਓ, ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਪਾਸ ਆ ਕੇ ਉਹਨਾਂ ਦੀ ਫੌਜ ਵਿੱਚ ਭਰਤੀ ਹੋ ਜਾਇਓ। ਸ਼ਹੀਦ ਹੋਣ ਤੋਂ ਬਹੁਤ ਪਹਿਲਾਂ ਬਚਨ ਕਰ ਦਿੱਤੇ ਕਿ ਛੇਵੇਂ ਜਾਮੇ ਵਿੱਚ ਜੰਗ ਯੁੱਧ ਕਰਨੇ ਹੈ, ਉਦੋਂ ਸੂਰਮਿਆਂ ਦੀ ਸ਼ਸਤਰਾਂ ਦੀ ਲੋੜ ਪੈਣੀ ਹੈ, ਤਖ਼ਤ ਰਚਣਾ। ਤਾਂ ਮਹਾਰਾਜ ਜੀ ਨੇ ਪਹਿਲਾਂ ਹੀ ਬਚਨ ਕਰ ਦਿੱਤਾ, ਜੇ ਚਾਕਰੀ ਕਰਨੀ ਹੈ, ਨੌਕਰੀ ਕਰਨੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਚਾਕਰੀ ਕਰ ਲਿਓ, ਨੌਕਰੀ ਕਰ ਲਿਓ, ਹੋਏ ਸਗਰੇ ਪਰਿਵਾਰ ਗੁਜ਼ਾਰਾ, ਸਾਰੇ ਪਰਿਵਾਰ ਦਾ ਗੁਜ਼ਾਰਾ ਹੋਇਆ ਕਰੇਗਾ। ਅਰ ਸਿਮਰੋ ਸਤਨਾਮ ਸੰਭਾਰਾ, ਸਮਾਂ ਵੀ ਸੰਭਾਲਿਆ ਜਾਏਗਾ, ਵਾਹਿਗੁਰੂ ਦੇ ਨਾਮ ਦਾ ਸਿਮਰਨ ਵੀ ਕਰਿਆ ਕਰੋਗੇ,
ਜੀਵਨ ਵੀ ਸਫਲਾ ਹੋ ਜਾਏਗਾ, ਪਰਿਵਾਰ ਦਾ ਵੀ ਗੁਜ਼ਾਰਾ ਚੱਲੇਗਾ, ਦੁਨੀਆ ਕੇ ਕਾਰਜ ਹੋਏ ਪੂਰੇ, ਸੰਸਾਰ ਦੇ ਸਾਰੇ ਕਾਰਜ ਪੂਰੇ ਹੋ ਜਾਣਗੇ ਤੁਹਾਡੇ, ਦੀਨ ਵਿਖੇ ਉੱਜਲ ਮੁਖ ਰੂਰੇ, ਵਾਹਿਗੁਰੂ ਦੀ ਦਰਗਾਹ ਵਿੱਚ ਸੁੰਦਰ ਉੱਜਲ ਮੁਖ ਲੈ ਕੇ ਜਾਊਂਗੇ, ਭਾਵ ਮੁਕਤੀ ਪ੍ਰਾਪਤ ਕਰੋਗੇ, ਨਾਮ ਜਪਣ ਦੇ ਨਾਲ ਤੁਹਾਡਾ ਭਲਾ ਹੋਵੇਗਾ, ਜੇ ਸ਼ਹੀਦੀਆਂ ਦੇ ਗਏ ਤਾਂ ਵੀ ਮੁਕਤੀ ਨੂੰ ਪ੍ਰਾਪਤ ਕਰੋਗੇ। ਸੁਣ ਗੰਗਾ ਸਹਿਗਲ ਹਰਖਾਇਓ, ਭਾਈ ਗੰਗਾ ਸਹਿਗਲ ਸੁਣ ਕੇ ਬੜਾ ਪ੍ਰਸੰਨ ਹੋਇਆ ਬਚਨ ਸਤਿਗੁਰਾਂ ਦੇ, ਤੂੰ ਲੋਕ ਮੈਂ ਗੁਰ ਅਪਣਾਇਓ, ਇਹ ਮਹਾਰਾਜ ਤੁਸੀਂ ਤਾਂ ਦੋਨੋਂ ਲੋਕਾਂ ਵਿੱਚ ਆਪਣੇ ਲੜ ਲਾ ਲਿਆ, ਸਾਨੂੰ ਇਸ ਲੋਕ ਦੇ ਵੀ ਸੁੱਖ ਦੇ ਦਿੱਤੇ, ਪ੍ਰਲੋਕ ਵਿੱਚ ਵੀ ਸੁਖੀ ਕਰ ਦਿੱਤਾ, ਗੁਰੂ ਤਾਂ ਲੋਕ ਪ੍ਰਲੋਕ ਦੇ ਸੁੱਖ ਬਖਸ਼ਦੇ ਆਪਣੇ ਸਿੱਖ ਨੂੰ, ਇਸ ਤੇ ਅਪਰਨਾ ਆਸ਼ੀਰਵਾਦ। ਇਹਦੇ ਨਾਲੋਂ ਕਹਿੰਦੇ ਹੋਰ ਚੰਗੀ ਗੱਲ ਕਿਹੜੀ ਹੈ ਕਿ ਦੋਨੋਂ ਲੋਕਾਂ ਦੇ ਸੁਖੀ ਦੇ ਦਿੱਤੇ ਸੱਚੇ ਪਾਤਸ਼ਾਹ ਨੇ, ਰਹਿਤ ਭਇਓ ਸੂਰਾ ਬਖਿਆਤ। ਇਹ ਬੜਾ ਭਾਰੀ ਪ੍ਰਸਿੱਧ ਸੂਰਮਾ ਹੋਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਰਹੇ ਭਾਈ ਗੰਗਾ ਜੀ, ਜਬ ਰਣ ਰਚ ਸ੍ਰੀ ਹਰਗੋਬਿੰਦ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਯੁੱਧ ਕੀਤੇ, ਚਾਰ ਯੁੱਧ ਕੀਤੇ ਮੁਗਲਾਂ ਨਾਲ, ਹਤੇ ਤੁਰਕ ਬੋ ਬਲੀ ਬਿਲੰਦ। ਇਹ ਸਾਧ ਸੰਗਤ ਜੀ ਇੱਕ ਜਥੇ ਦੇ ਫੌਜ ਦੇ ਸਾਧ ਸੰਗਤ ਜੀ ਜਰਨੈਲ ਸਨ ਭਾਈ ਗੰਗਾ ਸਹਿਗਲ। ਇਹਨਾਂ ਨੇ ਬੜੇ ਤੁਰਕ ਆਪਣੇ ਬਲ ਤਾਕਤ ਦੇ ਨਾਲ ਵੱਡੇ ਵੱਡੇ ਤੁਰਕਾਂ ਦਾ ਨਾਸ਼ ਕੀਤਾ, ਮਾਰਿਆ ਯੁੱਧਾਂ ਵਿੱਚ ਉਹਨਾਂ ਨੂੰ, ਨਹੀਂ ਪਿੱਠ ਰਿਪ ਕੋ ਦਿਖਰਾਈ, ਵੈਰੀ ਨੂੰ ਪਿੱਠ ਨਹੀਂ ਕਦੇ ਦਿਖਾਈ, ਇਹਨਾਂ ਨੇ ਸਾਹਮਣੇ ਹੋ ਕੇ ਜੂਝਦੇ ਰਹੇ ਪਰਬਤ ਦੀ ਤਰ੍ਹਾਂ ਅੜਕੇ, ਇਮ ਕਰਤੇ ਨੇ ਸ਼ੁਭਗਤ ਪਾਈ, ਉਹ ਸੇਵਾ ਕਰਕੇ ਕੁਰਬਾਨੀਆਂ ਕਰਦਿਆਂ ਸ਼ੁਭਗਤੀ ਮੁਕਤੀ ਨੂੰ ਪ੍ਰਾਪਤ ਕੀਤਾ। ਅਪਰ ਅਨੇਕ ਸੂਰਮਾ ਆਏ, ਅਨੇਕਾਂ ਹੀ ਸੂਰਮੇ ਆਏ, ਬਹਾਦਰ ਯੋਧੇ ਆਏ ਸਤਿਗੁਰਾਂ ਦੇ ਚਰਨਾਂ ਵਿੱਚ, ਸਿੱਖ ਗੰਗੇ ਕਹ ਮੋਦ ਵਢਾਏ, ਭਾਈ ਗੰਗੇ ਸਿੱਖ ਨੂੰ ਵੇਖ ਕੇ ਸਾਰਿਆਂ ਦੇ ਮਨ ਵਿੱਚ ਬੜਾ ਆਨੰਦ ਵਧਿਆ ਕਿ ਗੁਰੂ ਘਰ ਵਿੱਚ ਦੋਨੋਂ ਹੀ ਸੁੱਖ ਪ੍ਰਾਪਤ ਹੋ ਰਹੇ ਹਨ। ਸੋ ਸਾਧ ਸੰਗਤ ਜੀ, ਸਮਾਂ ਹੁਣ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ ਹੈ, ਆਪ ਸੰਗਤਾਂ ਸ਼ਹੀਦੀ ਘੱਲੂਘਾਰਾ ਦੀਵਾਨਾਂ ਵਿੱਚ ਹਾਜ਼ਰੀਆਂ ਬੜੇ ਪ੍ਰੇਮ ਨਾਲ ਭਰ ਰਹੇ ਹੋ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ। ਸਿੰਘਾਂ ਨੇ ਵਿਚਾਰ ਕੀਤੀ ਹੈ ਕਿ ਕੱਲ੍ਹ ਤੋਂ ਜੋ ਦੀਵਾਨ ਹਾਲ ਹੈ ਉੱਥੇ ਆਪਾਂ ਸ਼ਾਮ ਦੇ ਦੀਵਾਨ ਉੱਥੇ ਆਰੰਭ ਕਰ ਦੇਣੇ ਹਨ, 4, 5, 6 ਇਹ ਤਿੰਨੇ ਦਿਨ ਦੇ ਸ਼ਹੀਦੀ ਸਮਾਗਮ ਦੀਵਾਨ ਹਾਲ ਵਿੱਚ ਸੱਜਣਗੇ। ਸੋ ਸਾਰੀਆਂ ਸੰਗਤਾਂ ਨੇ ਵਕਤ ਸਿਰ ਪਹੁੰਚ ਕੇ ਸਾਧ ਸੰਗਤ ਜੀ ਜਲ ਪਾਣੀ ਛੱਕ ਕੇ ਫਿਰ ਦੀਵਾਨ ਵਿੱਚ ਬੈਠਣਾ, ਕੀਰਤਨ ਕਥਾ ਸੁਣ ਕੇ ਅਰਦਾਸ ਤੋਂ ਉਪਰੰਤ ਸ਼੍ਰੀ ਮੁਖ ਵਾਕ ਸੁਣ ਕੇ ਦੇਗ ਲੈ ਕੇ ਫਿਰ ਲੰਗਰ ਛੱਕ ਕੇ ਸਾਰਿਆਂ ਨੇ ਘਰਾਂ ਨੂੰ ਜਾਣਾ। ਆਏ ਹੋਏ ਜਿੰਨੇ ਵੀ ਮਹਾਂਪੁਰਖ ਹਨ, ਸਤਿਕਾਰਯੋਗ ਧਾਰਮਿਕ ਹਸਤੀਆਂ, ਬਾਬਾ ਗੁਰਭੇਟ ਸਿੰਘ ਜੀ ਖਡਾਲੇ ਵਾਲੇ, ਜਥੇਦਾਰ ਭਾਈ ਸੁਖਦੇਵ ਸਿੰਘ ਜੀ, ਬਾਬਾ ਨਵਤੇਜ ਸਿੰਘ ਜੀ ਚੇਲਿਆਣਾ ਸਾਹਿਬ, ਸਤਿਕਾਰਯੋਗ ਰਾਗੀ ਭਾਈ ਕੁਲਵੀਰ ਸਿੰਘ ਜੀ, ਮਹਾਂਪੁਰਖਾਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਜੀ, ਇਸੇ ਹੀ ਤਰ੍ਹਾਂ ਸਤਿਕਾਰਯੋਗ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ, ਇਸੇ ਤਰ੍ਹਾਂ ਸਾਧ ਸਿੰਘ ਜੀ ਕਨੇਡਾ ਤੋਂ ਭਾਈ ਸਰਬਜੀਤ ਸਿੰਘ ਜੀ ਢਿੱਲੋਂ, ਭਾਈ ਮਨਧੀਰ ਸਿੰਘ ਜੀ ਢਿੱਲੋਂ, ਸਾਰਾ ਪਰਿਵਾਰ ਮਿਲ ਕੇ ਸ਼ਹੀਦੀ ਸਮਾਗਮਾਂ ਦੀ ਸ਼ਰਧਾ ਨਾਲ ਸੇਵਾ ਵਿੱਚ ਲੱਗਾ ਹੋਇਆ ਹੈ। ਇਸੇ ਹੀ ਤਰ੍ਹਾਂ ਸਾਧ ਸਿੰਘ ਜੀ ਭਾਈ ਹੀਰਾ ਸਿੰਘ ਜੀ,
ਕਨੇਡਾ ਭਾਈ ਮੇਜਰ ਸਿੰਘ ਜੀ ਅਮਰੀਕਾ ਅਤੇ ਹੋਰ ਜਿੰਨੀਆਂ ਵੀ ਹਸਤੀਆਂ ਸ਼ਹੀਦ ਪਰਿਵਾਰ ਪਹੁੰਚੇ ਹੈ ਮੈਂ ਸਭ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਕਰਦਾ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਹੁਣ ਅਰਦਾਸ ਵਿੱਚ ਜੁੜੀਏ ਸ਼੍ਰੀ ਮੁੱਖ ਵਾਕ ਸੁਣ ਕੇ ਆਪ ਜੀ ਨੇ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਤੋਂ ਬੇਨਤੀਆਂ ਧਿਆਨਪੂਰਵਕ ਸੁਣਨੀਆਂ ਹਨ ਨਾਲ ਨਾਲ ਦੇਗ ਲੈਣੀ ਹੈ ਅਤੇ ਉਸ ਤੋਂ ਉਪਰੰਤ ਸਤਿਗੁਰਾਂ ਨੂੰ ਨਮਸਕਾਰ ਕਰਕੇ ਸਭ ਨੇ ਲੰਗਰ ਛਕ ਕੇ ਫਿਰ ਚਾਲਾ ਪਾਉਣਾ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਅਪਰ ਅਨੇਕ ਸੂਰਮਾ ਆਏ ਪਿਖ ਗੰਗੇ ਕਹ ਮੋਦ ਬੜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮਰੀ ਕਿਰਪਾ ਮੈਂ ਸੁਖ ਕਰੇ ਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਦੇਵ ਜਾ ਭਗਵੰਤ ਸਗਲ ਸਮਗਰੀ ਤੁਮਰੈ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਦ ਤੁਮਹੀ ਤੁਦ ਆ ਗਏ ਅਰਦਾਸ ਹਮਾਰੀ ਦਿਓ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਹਾਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਦਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਬੋਲੋ ਜੀ ਆਪ ਜੀ ਦੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਤ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸਿਆ ਰਿਆ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਸਤਿਗੁਰੂ ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਕਰ ਕਮਲਾਂ ਤੋਂ ਵਰਸਾਈ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਤਿਨਾਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗਏ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਮਨਾਉਂਦਿਆਂ ਦਮਦਮੀ ਟਕਸਾਲ ਦੇ ਮੁੱਖ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ 84 ਦੇ ਤੀਸਰੇ ਸ਼ਹੀਦੀ ਘੱਲੂਘਾਰੇ ਨੂੰ ਸਮਰਪਿਤ ਅੱਜ ਤੀਸਰੇ ਦਿਨ ਦੇ ਸ਼ਹੀਦੀ ਦੀਵਾਨ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹਨ। ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਦੇ ਕੀਰਤਨ ਉਪਰੰਤ ਮਹਾਂਪੁਰਖਾਂ ਵੱਲੋਂ ਗੁਰ ਇਤਿਹਾਸ ਕਥਾ ਵਿਚਾਰ ਹੋਈ ਹੈ। ਸਤਿਗੁਰੂ ਜੀ ਕਥਾ ਵਿਚਾਰ ਕਰਦਿਆਂ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਕਿਰਪਾ ਕਰਕੇ ਮਾਫ਼ੀ ਬਖਸ਼ਿਸ਼ ਕਰਨੀ। ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਗੁਰਬਾਣੀ ਕਥਾ ਕੀਰਤਨ ਦਾ ਭਾਵ ਦਾਰੀਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਤਲਫਲ ਭੇਟਾਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣੀਆਂ, ਦਰੋਂ ਘਰੋਂ ਗੁਰਸਿੱਖੀ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਜੀ ਕਿਰਪਾ ਕਰਨੀ। ਰਹਿੰਦੇ ਸ਼ਹੀਦੀ ਸਮਾਗਮ ਆਪਣੀ ਦਇਆ ਦ੍ਰਿਸ਼ਟੀ ਅੰਦਰ ਆਪ ਨਿਰਵਿਘਨ ਸੰਪੂਰਨ ਕਰਵਾ ਲੈਣੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਜੇ ਹੋਏ ਸ਼ਹੀਦੀ ਦੀਵਾਨਾਂ ਨੂੰ ਮੁੱਖ ਰੱਖਦਿਆਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ। ਸਤਿਗੁਰੂ ਜੀ ਅੱਜ ਦੀ ਦੇਖ ਦੀ ਸੇਵਾ ਮਾਸਟਰ ਜਸਵੰਤ ਸਿੰਘ ਜੀ, ਭਾਈ ਕਸ਼ਮੀਰ ਸਿੰਘ ਜੀ, ਭਾਈ ਸੁੱਚਾ ਸਿੰਘ ਜੀ, ਭਜੰਗੀ ਮਦਨ ਸਿੰਘ ਜੀ, ਗੁਪਤਦਾਨ ਭਾਈ ਅਰਸ਼ਦੀਪ ਸਿੰਘ ਜੀ, ਭਾਈ ਹਰਮਨਪ੍ਰੀਤ ਸਿੰਘ ਜੀ, ਭਾਈ ਪਰਮਰਾਜ ਸਿੰਘ ਜੀ, ਭਾਈ ਗਿਆਨ ਸਿੰਘ ਜੀ, ਗੁਪਤ ਸੇਵਾ ਪ੍ਰਿੰਸੀਪਲ ਗੁਰਦੀਪ ਸਿੰਘ ਜੀ, ਗੁਰਨਾਲ ਸਿੰਘ ਜੀ, ਬੀਬੀ ਦਲਵੀਰ ਕੌਰ, ਭਾਈ ਯਾਦਵਿੰਦਰ ਸਿੰਘ, ਭਾਈ ਸਹਿਜਪ੍ਰੀਤ ਸਿੰਘ, ਭਾਈ ਕਸ਼ਮੀਰ ਸਿੰਘ, ਬੀਬੀ ਦਲਵਿੰਦਰ ਕੌਰ, ਭਾਈ ਹਰਭਜਨ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਚੈਨ ਸਿੰਘ, ਮਾਸਟਰ ਜਗਰੂਪ ਸਿੰਘ, ਭਾਈ ਬੱਲੂ ਸਿੰਘ, ਭਾਈ ਜਗਰੂਪ ਸਿੰਘ, ਭਾਈ ਪਾਲਾ ਸਿੰਘ, ਭਾਈ ਸੁਖਵਿੰਦਰ ਸਿੰਘ, ਬਾਬਾ ਬੋੜ ਸਿੰਘ, ਭਾਈ ਗੁਲਜਿੰਦਰ ਸਿੰਘ, ਭਾਈ ਵਿਸ਼ਾਲ ਸਿੰਘ, ਭਾਈ ਮੁਖਤਿਆਰ ਸਿੰਘ, ਭਾਈ ਹਰਪਾਲ ਸਿੰਘ, ਭਾਈ ਰਣਜੋਤ ਸਿੰਘ, ਭਾਈ ਡਾਕਟਰ ਰੁਪਿੰਦਰ ਸਿੰਘ, ਭਾਈ ਜੁਗਤਾਰ ਸਿੰਘ, ਦਿਲਬਾਗ ਸਿੰਘ, ਬਾਬਾ ਗੁਰਭੇਜ ਸਿੰਘ ਜੀ ਖਜਾਲੇ ਵਾਲੇ, ਭਾਈ ਪ੍ਰਭਦਿਆਲ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਭਾਈ ਗੁਰਦੀਪ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ, ਭਾਈ ਬਾਬਾ ਸੁਖਵੰਤ ਸਿੰਘ ਜੀ ਚਰਨਗੇ, ਭਾਈ ਹਰਦੀਪ ਸਿੰਘ ਜੀ, ਭਾਈ ਸੰਦੀਪ ਸਿੰਘ ਜੀ, ਤਿੰਨਾਂ ਵੱਲੋਂ ਹੋਈ ਹੈ ਸਤਿਗੁਰੂ ਜੀ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖ ਸਜਾਉਂਦਿਆਂ ਹਜ਼ੂਰ ਗੁਰਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਕਿਰਪਾ ਕਰਕੇ ਮਾਫ਼ੀ ਬਖਸ਼ਿਸ਼ ਕਰਨੀ। ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਆਪ ਜੀ ਕਰੋ ਕਿਰਪਾ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗਾ ਰਾਏ, ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਪ ਆਗਿਆ ਬਖਸ਼ਿਸ਼ ਕਰੋ, ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸਰਬਜੀਤ ਸਿੰਘ ਜੀ ਢਿੱਲੋਂ, ਭਾਈ ਮਨਧੀਰ ਸਿੰਘ ਜੀ ਢਿੱਲੋਂ, ਕਨੇਡਾ ਨਿਵਾਸੀ ਸਮੂਹ ਪਰਿਵਾਰਾਂ ਵੱਲੋਂ ਇਹਨਾਂ ਸ਼ਹੀਦੀ ਦਿਹਾੜਿਆਂ ਵਿੱਚ ਸਤਿਗੁਰੂ ਜੀ ਲੰਗਰਾਂ ਵਿੱਚ ਬੇਅੰਤ ਪ੍ਰਕਾਰ ਦੀਆਂ ਸੇਵਾ ਕੀਤੀਆਂ ਜਾ ਰਹੀਆਂ ਹਨ। ਸਤਿਗੁਰੂ ਜੀ ਆਪ ਜੀ ਨੇ ਸੇਵਾ ਦਰ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ। ਦਮਦਮੀ ਟਕਸਾਲ ਦੀ, ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਚੜ੍ਹਦੀ ਕਲਾ ਕਰਨੀ।
ਜਥੇਬੰਦੀ ਵੱਲੋਂ ਚੱਲ ਰਹੀਆਂ ਸਮੁੱਚੀਆਂ ਸੇਵਾਵਾਂ ਆਪਣੀ ਦਰਿਆ ਦ੍ਰਿਸ਼ਟੀ ਅੰਦਰ ਆਪ ਨਿਰਵਿਘਨ ਸੰਪੂਰਨ ਕਰਵਾ ਲੈਣੀ, ਆਪ ਜੀ ਕਰੋ ਕਿਰਪਾ। ਗੁਰਬਾਣੀ ਦੇ ਚੱਲ ਰਹੇ ਪ੍ਰਵਾਹਾਂ ਵਿੱਚੋਂ ਪਾਵਨ ਪਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਨਿਹਾਲ ਕਰਤਾਰਥ ਕਰੋ, ਆਪ ਜੀ ਦੇ ਹੁਕਮ 'ਤੇ ਚੱਲਣ ਦੀ ਬਾਲ ਬੁੱਧੀ ਸਮਰੱਥਾ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮੇਲੋ, ਜਿੰਨਾ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਲੇ, ਰਾਜ ਕਰੇਗਾ ਖਾਲਸਾ, ਕੀ ਰਹਿ ਨ ਕੋਇ, ਖੁਆਰ ਹੋਏ ਸਭ ਮਿਲੈਗੇ, ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੁਤਰੇ ਬਾਰ, ਜੋ ਸ਼ਰਧਾ ਕਰ ਸਿਮ ਦੇ ਗੁਰਬਾਰ ਉਤਾਰਨ, ਜੋ ਸ਼ਰਧਾ ਕਰ ਸਿਮ ਦੇ ਗੁਰਬਾਰ ਉਤਾਰਨ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮਾਰੂ ਮਹੱਲਾ ਤੀਜਾ, ਸੱਚ ਰਤੇ ਸੇ ਟੋਲ ਲਹੋ, ਸੇ ਵਿਰਲੇ ਸੰਸਾਰ, ਤਿੰਨ ਮਿਲਿਆ ਮੁਖ ਉਜਲਾ, ਜਪ ਨਾਮ ਮੁਰਾਰ, ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ, ਸਤਿਗੁਰ ਆਪਣਾ ਪੁੱਛ ਦੇਖ, ਲੇਹੋ ਵੱਖਰ ਭਾਲ ਰਹਾਉ, ਇੱਕ ਸੱਚਾ ਸਭ ਸੇਵ ਦੀ, ਤੁਰ ਭਾਗ ਮਿਲਾਵਾ ਹੋਏ, ਗੁਰਮੁਖ ਮਿਲੇ ਸੇਨਾ ਵਿਛੁੜ ਹੈ, ਪਾਵ ਹੈ ਸੱਚ ਸੋਏ, ਇੱਕ ਭਗਤੀ ਸਾਰ ਨ ਜਾਣਨੀ, ਮਨ ਮੁਖ ਪਰਮ ਭੁਲਾਏ, ਉਹਨਾਂ ਵਿੱਚ ਆਪ ਵਰਤਦਾ, ਕਰਣਾ ਕਿਛੂ ਨਾ ਜਾਏ, ਜਿਸ ਨਾਲ ਜੋਰ ਨਾ ਚੱਲਈ, ਖਲੇ ਕੀ ਚੈ ਅਰਦਾਸ, ਨਾਨਕ ਗੁਰਮੁਖ ਨਾਮ ਮਨ ਵਸੈ, ਤਾਂ ਸੁਣ ਕਰੇ ਸਾਬਾਸ।